ਵਾਹਿਗੁਰੂ ਜੀ ਦਨ ਅਣਕ ਵਾਰ ਸਰਬ ਕਲਾ ਸਮਰਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਟਾਵੋ ਬਾਣੀ ਗੁਰੂ ਗੁਰੂ ਹੈ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਵਾਹਿਗੁਰੂ ਜੀ ਸਲੋਕ ਸਾਥ ਨਾ ਚਾਲੈ ਬਿਨ ਭਜਣਾ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਣਾ ਨਾਨਕ ਇਹੋ ਧਨ ਸਾਰ ਸਾਥ ਨਾ ਚਾਲੈ ਬਿਨ ਭਜਣਾ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਣਾ ਨਾਨਕ ਇਹੋ ਧਨ ਸਾਰ ਸਰਬੱਤ ਗੁਰੂ ਰੂਪ ਸਾਧ ਸੰਗਤ ਜੀ ਆਪ ਜੀ ਸ਼ੁਭ ਕਰਮਾਂ ਵਾਲੇ ਹੋ ਜੋ ਕਿ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਬਾਲਾ ਪ੍ਰੀਤਮ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਹਰ ਰੋਜ਼ ਦੀ ਤਰ੍ਹਾਂ ਹਾਜ਼ਰੀ ਭਰ ਰਹੇ ਹੋ। ਨਿਤਨੇਮ ਦੀਆਂ ਬਾਣੀਆਂ ਤੋਂ ਬਾਅਦ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਉਪਰੰਤ ਗੁਰਮੁਖ ਪਿਆਰੇ ਸਿੰਘ ਸਾਹਿਬ ਜੀ ਨੇ ਜੋ ਕਿ ਨਿਰੰਤਰ ਲੜੀਵਾਰ ਕਥਾ ਚੱਲ ਰਹੀ ਹੈ ਸ੍ਰੀ ਸੁਖਮਨੀ ਸਾਹਿਬ ਜੀ ਦੀ 19ਵੀਂ ਅਸ਼ਟਪਦੀ ਦੇ ਦੋ ਪਦਿਆਂ ਤੱਕ ਮੂਲ ਪਾਠ ਆਪ ਜੀ ਨੂੰ ਸਰਵਣ ਕਰਵਾਇਆ ਹੈ। ਆਓ ਰਸਨਾ ਦੀ ਪਵਿੱਤਰਤਾ ਵਾਸਤੇ ਗੱਜ ਵੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ 24 ਸਲੋਕ 24 ਅਸ਼ਟਪਦੀਆਂ 24,000 ਅਕਸ਼ਰ ਹੈ। ਭਾਈ ਗੁਰਦਾਸ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਸਤਿਗੁਰੂ ਜੀ ਆਪ ਜੀ ਦਾ ਵਚਨ ਹੈ ਕਿ ਅੱਠੇ ਪਹਿਰ ਪਰਮੇਸ਼ਰ ਦਾ ਨਾਮ ਜਪਣਾ, ਉਹਨੂੰ ਚੇਤੇ ਕਰਨਾ, ਕਲਯੁੱਗ ਦਾ ਸਮਾਂ ਹੈ। ਕਈ ਵਾਰੀ ਗ੍ਰਿਸਤੀਆਂ ਨੂੰ ਇੰਨਾ ਸਮਾਂ ਨਹੀਂ ਮਿਲਦਾ, ਕੋਈ ਬਾਣੀ ਹੀ ਐਸੀ ਉਚਾਰਨ ਕਰ ਦਿਓ ਜਿਹਦਾ ਇੱਕ ਪਾਠ ਕਰਨੇ ਕਰਕੇ 24 ਘੰਟਿਆਂ ਦੇ ਸਵਾਸ ਜਿਹੜੇ ਹੈ ਸਫਲੇ ਹੋ ਜਾਣ। ਗੁਰਸਿੱਖਾਂ ਦੀ ਬੇਨਤੀ ਨੂੰ ਮੰਨ ਕਰਕੇ ਸਤਿਗੁਰੂ ਸਾਹਿਬ ਜੀ ਨੇ ਇਹ ਬਾਣੀ ਉਚਾਰਨਾ ਕੀਤੀ ਹੈ। ਇਹ ਨਹੀਂ ਵੀ ਬਾਕੀ ਬਾਣੀ ਦੁੱਖ ਦਿੰਦੀ ਹੈ ਜਾਂ ਬਾਕੀ ਬਾਣੀ ਪੜ੍ਹ ਕੇ ਸਵਾਸ ਸਫਲੇ ਨਹੀਂ ਹੁੰਦੇ। ਹਰ ਬਾਣੀ ਦੀ ਆਪੋ ਆਪਣੀ ਮਹਾਨਤਾ ਹੈ। ਇਸ ਕਰਕੇ ਸਾਧ ਸੰਗਤ ਤੇ ਕਿਸੇ ਪ੍ਰਕਾਰ ਦਾ ਸ਼ੰਕਾ ਮਨ ਵਿੱਚ ਨਹੀਂ ਕਰਨਾ। ਬਾਣੀ ਸਾਰੀ ਉਹ ਸੁੱਖਾਂ ਦੀ ਦਾਤੀ ਹੈ। ਗੁਰੂ ਸਾਹਿਬ ਜੀ ਦਾ ਵਚਨ ਹੈ, ਸੁੱਖ ਨਾਹੀਂ ਬਹੁਤੇ ਧਨ ਖਾਟੇ, ਕੀ ਬਹੁਤਾ ਦੁਨਿਆਵੀ ਧਨ ਪ੍ਰਾਪਤ ਜੇ ਕੋਈ ਕਰ ਲਵੇ ਉਹਨੂੰ ਸੁੱਖ ਮਿਲਦਾ ਹੈ? ਮਹਾਰਾਜ ਕਹਿੰਦੇ ਨਹੀਂ ਮਿਲਦਾ। ਸੁੱਖ ਨਾਹੀਂ ਪੇਖਾ ਨਿਰਤ ਨਾਟੇ, ਸੰਸਾਰ ਦੇ ਨਾਟਕਾਂ ਚਾਟਕਾਂ ਨੂੰ ਵੇਖ ਕੇ ਵੀ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਸੁੱਖ ਨਾਹੀਂ ਬਹੁ ਦੇਸ਼ ਕਮਾਏ, ਬਹੁਤੇ ਦੇਸ਼ਾਂ ਦਾ ਭਰਮਣ ਕਰਕੇ ਵੀ ਸੁੱਖ ਨਹੀਂ ਮਿਲਦਾ, ਫਿਰ ਸੁੱਖ ਹੈ ਕਿੱਥੇ? ਸਰਬ ਸੁੱਖਾਂ ਹਰ ਹਰ ਗੁਣ ਗਾਏ, ਹਰ ਨਾਮ ਹਰੇ ਭਰੇ ਕਰਨ ਵਾਲੇ ਵਾਹਿਗੁਰੂ ਪਰਮੇਸ਼ਰ ਦਾ ਹੈ, ਜਿਹੜਾ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ, ਚੇਤਨ ਸਤਾ ਦੇਣ ਵਾਲਾ, ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪੇਗਾ ਉਹਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋਵੇਗੀ। ਸਰਬ ਸੁੱਖਾਂ ਹਰ ਹਰ ਗੁਣ ਗਾਏ। ਇਸ ਕਰਕੇ ਸਤਿਗੁਰੂ ਮਹਾਰਾਜ ਵਚਨ ਕਰਦੇ ਹਨ, ਸਤਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਬਖਾਣੀਏ। ਏਕੋ ਤੋਂ ਭਾਵ ਇੱਕ ਅਕਾਲ ਪੁਰਖ ਦੇ ਨਾਮ ਦੀ ਗੱਲ, ਬਾਣੀ ਦੀ ਗੱਲ ਹੋਵੇ ਜਿਹੜੀ, ਉੱਥੇ ਉਹਨੂੰ ਸਤਸੰਗ ਕਿਹਾ ਜਾਂਦਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠਰ ਨਾਮ ਤੇ ਆਵੇ। ਜਿਹੜਾ ਗੁਰੂ ਕਾ ਸਿੱਖ ਹੈ ਉਹ ਭਲਕੇ ਅੰਮ੍ਰਿਤ ਵੇਲੇ ਜਾਗ ਕੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੇ। ਨਾਮ ਕੀ ਹੈ? ਵਾਹਿਗੁਰੂ ਗੁਰਮੰਤਰ ਹੈ। ਪਰੰਤੂ ਗੁਰੂ ਗ੍ਰੰਥ ਸਾਹਿਬ ਦੀ ਜਿੰਨੀ ਬਾਣੀ ਹੈ, ਇੱਕ ਓਂਕਾਰ ਤੋਂ ਲੈ ਕੇ 18 ਤਸਵੀਸ ਤੱਕ ਸਾਰੀ ਨਾਮ ਏ ਆ। 10ਵੇਂ ਪਾਤਸ਼ਾਹ ਦੀ ਬਾਣੀ ਸਾਰਾ ਨਾਮ ਏ ਹੈ, ਕਿਤੋਂ ਵੀ ਜਪ ਲਓ। ਜਿਵੇਂ ਜਿਸ ਮਨੁੱਖ ਨੂੰ ਪਾਣੀ ਦੀ ਪਿਆਸ ਲੱਗੀ ਹੁੰਦੀ ਹੈ ਉਹ ਫਟਾਫਟ ਨਲਕੇ ਕੋਲੇ ਜਾਂਦਾ ਹੈ, ਉਹ ਪੁੱਛਦਾ ਨਹੀਂ ਪਾਣੀ ਪੀਣਾ ਕਿਵੇਂ ਹੈ, ਫਟਾਫਟ ਪਾਣੀ ਪੀਣ ਦੀ ਕਰਦਾ, ਬਹਾਨੇ ਜੇ ਨਹੀਂ ਬਣਾਉਂਦਾ। ਇਸ ਤਰ੍ਹਾਂ ਜਿਹਨੂੰ ਨਾਮ ਦੀ ਅੰਦਰੋਂ ਵੈਰਾਗ ਹੈ, ਲਗਨ ਹੈ,
ਉਹ ਬਹੁਤਾ ਕਿਸੇ ਤੋਂ ਪੁੱਛਦਾ ਨਹੀਂ, ਉਹਦਾ ਜਪਣਾ ਸ਼ੁਰੂ ਕਰ ਦਿੰਦਾ। ਹੌਲੀ ਹੌਲੀ ਚਾਰ ਬਾਣੀਆਂ ਦੱਸੀਆਂ ਨੇ, ਜਿਵੇਂ ਚਾਰ ਖਾਣੀਆਂ ਨੇ, ਅੰਡ ਜੈ ਜੇਰ ਜੈ ਸਿਹਤ ਜੈ ਤੁਭਜ ਹੈ। ਚਾਰ ਖਾਣੀਆਂ ਤੋਂ 84 ਲੱਖ ਸ੍ਰਿਸ਼ਟੀ ਪੈਦਾ ਹੁੰਦੀ ਹੈ। 84 ਲੱਖ ਜੂਨੀ ਅਕਾਲ ਪੁਰਖ ਨੇ ਪੈਦਾ ਕੀਤੀ ਹੈ, ਪਰ ਮਾਨਸ ਨੂੰ ਮਨੁੱਖ ਨੂੰ ਵਡਿਆਈ ਦਿੱਤੀ ਹੈ। ਮਨੁੱਖ ਨੂੰ ਨਿਰਣੇ ਕਰਨ ਦੀ ਸ਼ਕਤੀ ਦਿੱਤੀ, ਸੋਚਣ ਦੀ ਸ਼ਕਤੀ ਦਿੱਤੀ, ਤੇਜ ਦਿਮਾਗ ਦਿੱਤਾ ਹੈ। ਇਹ ਕੁਝ ਵਿਸ਼ੇਸ਼ਤਾ ਤਾਂ ਅਕਾਲ ਪੁਰਖ ਨੇ ਮਨੁੱਖ ਨੂੰ ਹੀ ਬਖਸ਼ੀਆਂ ਹਨ, ਮਨੁੱਖਾ ਦੇ ਹੀ ਵਿੱਚ ਹੀ ਪ੍ਰਾਪਤ ਹੁੰਦੀਆਂ ਨੇ। 84 ਲੱਖ ਜੂਨੀ ਦਾ ਸਰਦਾਰ ਮਨੁੱਖ ਹੈ। ਸਤਸੰਗਤ ਅਤੇ ਮੋਕਸ਼ ਦੀ ਪ੍ਰਾਪਤੀ ਮਨੁੱਖਾ ਸਰੀਰ ਪ੍ਰਾਪਤ ਕਰਕੇ ਹੀ ਹੋ ਸਕਦੀ ਹੈ, ਹੋਰ ਕਿਸੇ ਜੂਨੀ ਦੇ ਵਿੱਚ ਨਹੀਂ। 84 ਲੱਖ ਜੂਨੀ ਦੇ ਵਿੱਚੋਂ ਮਨੁੱਖ ਦੀ ਦੇਹ ਉੱਤਮ ਮੰਨੀ ਜਾਂਦੀ ਹੈ। ਇਸ ਦੇਹੀ ਕੋ ਸਿਮਰ ਹੈ ਦੇਵ, ਸੋ ਦੇਹੀ ਭਰ ਭਜ ਹਰ ਕੀ ਸੇਵ। ਦੇਵੀ ਦੇਵਤੇ ਜਿਹੜੇ ਮੁਕਤ ਨਹੀਂ, ਉਹ ਵੀ ਚਾਹੁੰਦੇ ਹੈ ਅਸੀਂ ਮਨੁੱਖਾ ਦੇਹੀ ਪ੍ਰਾਪਤ ਕਰਕੇ। ਕਲਯੁੱਗ ਦੇ ਵਿੱਚ ਗੁਰੂ ਨਾਨਕ ਦਾ ਸ਼ਿੱਕਾ ਚੱਲਦਾ, ਮਨੁੱਖਾ ਦੇਹੀ ਪ੍ਰਾਪਤ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ, ਪੰਜਾਂ ਪਿਆਰਿਆਂ ਦੁਆਰਾ ਦੱਸੀ ਹੋਈ ਜੁਗਤ ਦੇ ਨਾਲ ਨਾਮ ਜਪ ਕੇ ਮੁਕਤੀ ਨੂੰ ਪ੍ਰਾਪਤ ਕਰ ਲਈਏ, ਇਹ ਉਹ ਵੀ ਚਾਹੁੰਦੇ ਹੈ। ਇਸ ਕਰਕੇ ਇਹ ਸਾਡੇ ਕੋਲੇ ਸਾਧ ਸੰਗਤ ਜੀ ਸਮਾਂ ਆਇਆ। ਸੰਸਾਰ ਚਲੋ ਚਲੀ ਦਾ ਮੇਲਾ, ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਆਉਣਾ ਜਾਣਾ ਉਸ ਵਾਹਿਗੁਰੂ ਦੇ ਹੱਥ 'ਚ ਹੈ, ਉਹਨੇ ਖੇਡ ਬਣਾਇਆ ਹੈ। ਪਰੰਤੂ ਜਿਹੜਾ ਇਹ ਨਿਰਮਲ ਸੋਚ ਨੂੰ ਲੈ ਕੇ ਚੱਲਦਾ ਹੈ ਕਿ ਸੰਸਾਰ 'ਤੇ ਮੈਂ ਰਹਿਣਾ ਨਹੀਂ, ਇਹ ਇੱਕ ਨਿਰਮਲ ਸੋਚ ਹੈ, ਮੈਂ ਚਲੇ ਜਾਣਾ, ਇਹ ਇੱਕ ਬੈਰਾਗ ਹੈ, ਇਹ ਵੀ ਉਹ ਕਦੇ ਵੀ ਗਲਤ ਕੰਮ ਨਹੀਂ ਕਰਦਾ। ਮਨੁੱਖ ਗਲਤ ਕੰਮ ਦੇ ਵਿੱਚ ਪ੍ਰਵਿਰਤ ਹੀ ਉਦੋਂ ਹੁੰਦਾ ਜਦੋਂ ਮਰਨਾ ਭੁੱਲ ਜਾਂਦਾ ਹੈ। ਉਦੋਂ ਮਨੁੱਖ ਫਿਰ ਗਲਤ ਕੰਮਾਂ 'ਚ, ਠੱਗੀਆਂ ਦੇ ਵਿੱਚ ਜਾਂ ਹੋਰ ਨਸ਼ੇ ਵਿਸ਼ਿਆਂ 'ਚ ਪ੍ਰਵਿਰਤ ਹੋ ਜਾਂਦਾ ਹੈ। ਸੰਸਾਰ ਦੇ ਵਿੱਚ ਨਾਲ ਜਾਣ ਵਾਲਾ ਕੋਈ ਨਹੀਂ ਸੰਸਾਰ ਦੇ ਵਿੱਚੋਂ, ਇੱਥੋਂ ਤੱਕ ਜਿਹੜਾ ਸਰੀਰ ਮਾਤਾ ਦੇ ਪੇਟ ਵਿੱਚੋਂ ਲੈ ਕੇ ਆਉਣੇ ਆ, ਜਦੋਂ ਮ੍ਰਿਤੂ ਨੂੰ ਪ੍ਰਾਪਤ ਹੋ ਜਾਂਦੇ ਆ, ਸਰੀਰ ਵੀ ਇੱਥੇ ਛੱਡ ਜਾਂਦੇ ਆ। ਸ਼ਾਸਤਰਾਂ ਨੇ 3 ਪ੍ਰਕਾਰ ਦੇ ਮਿੱਤਰ ਮੰਨੇ ਨੇ। ਧਨ ਨੂੰ ਮਿੱਤਰ ਮੰਨੇ ਹੈ, ਰਿਸ਼ਤੇਦਾਰ ਸਾਕ ਸੰਬੰਧੀ ਤੇ ਅਖੀਰ ਕਰਮ। ਰਿਸ਼ਤੇਦਾਰ ਸਾਕ ਸੰਬੰਧੀ ਤਾਂ ਗਰੀਬ ਦਾ ਤਾਂ ਅੱਜ ਕੋਈ ਹੈ ਹੀ ਨਹੀਂ ਰਿਸ਼ਤੇਦਾਰ, ਕੋਈ ਵਿਰਲਾ ਜਿਹੜਾ ਨਾਲ ਖੜਦਾ ਮਦਦ ਕਰਦਾ। ਜਿਹੜਾ ਤਕੜਾ ਬੰਦਾ ਹੁੰਦਾ, ਜੇ ਉਹਦੇ ਨਾਲ ਕੋਈ ਰਿਸ਼ਤੇਦਾਰੀ ਨਹੀਂ ਵੀ ਹੁੰਦੀ, ਆਪਾਂ ਜ਼ਬਰਦਸਤੀ ਜੋੜ ਲੈਂਦੇ ਹਾਂ। ਇਸ ਕਰਕੇ ਰਿਸ਼ਤੇਦਾਰ ਸਾਕ ਸੰਬੰਧੀ ਪਹਿਲੀ ਗੱਲ ਜਿਉਂਦੇ ਨੂੰ ਛੱਡ ਦਿੰਦੇ ਨੇ, ਵੱਧ ਤੋਂ ਵੱਧ ਕਬਰਾਂ 'ਚ ਪਹੁੰਚਾ ਦੇਣਗੇ। ਚਿੱਤਰ ਆਇਆ ਤੱਤਰ ਗਸਤੀ, ਇੱਕ ਲੌਕਿਕ ਪ੍ਰਮਾਣ ਹੈ, ਇਹ ਕਹਿ ਕੇ ਸੰਸਕਾਰ ਕਰਕੇ ਜਾਂ ਦਫਨਾ ਕੇ ਤੁਰ ਆਉਂਦੇ ਹੈ। ਧਨ ਜਿਹੜਾ ਹੈ ਇਹ ਵੀ ਸਾਧ ਸੰਗਤ ਆਉਣਾ ਜਾਣਾ ਹੀ ਹੈ,
ਕਈ ਵਾਰੀ ਮਨੁੱਖ ਰਾਜਾ ਬਣ ਜਾਂਦਾ, ਕਈ ਵਾਰੀ ਕੰਗਾਲ ਹੋ ਜਾਂਦਾ, ਐਸਾ ਸਮਾਂ ਆ ਜਾਂਦਾ। ਪਰੰਤੂ ਜਿੰਨਾ ਸਮਾਂ ਸਰੀਰ 'ਚ ਸਵਾਸ ਨੇ ਉਨਾ ਸਮਾਂ ਤੇਰਾ, ਜਦੋਂ ਤੂੰ ਚੜ੍ਹਾਈ ਕਰ ਗਿਆ ਉਦੋਂ ਬਾਅਦ ਦੌਲਤ ਕਿਸੇ ਹੋਰ ਦੇ ਨਾਂ, ਪ੍ਰੋਪਰਟੀ ਤੇਰੀ ਟ੍ਰਾਂਸਫਰ ਹੋ ਜੂ। ਅੱਗੇ ਫਿਰ ਕਰਮ, ਕਰਮ ਮਨੁੱਖ ਦੇ ਨਾਲ ਜਾਂਦੇ ਹੈ ਸੂਖਸ਼ਮ ਸਰੀਰ ਦੇ, ਕਿਰਿਆਵਾਨ ਕਰਮ ਨੇ ਜਿਹੜੇ ਆਪਾਂ ਰੋਜ਼ਾਨਾ ਕਰਦੇ ਹਾਂ, ਸੰਚਿਤ ਕਰਮ ਨੇ, ਸੰਚਿਤ ਕਰਮ ਤੋਂ ਭਾਵ ਜਮ੍ਹਾਂ ਹੁੰਦਾ ਰਹਿੰਦਾ, ਮਾੜੇ ਕਰਮ ਕਰਾਂਗੇ ਉਹ ਮਾੜਾ ਜਮ੍ਹਾਂ ਹੁੰਦਾ ਰਹੂ, ਚੰਗੇ ਕਰਾਂਗੇ ਚੰਗਾ ਸੰਚਿਤ ਰੂਪ ਦੇ ਵਿੱਚ ਜਮ੍ਹਾਂ ਹੁੰਦਾ ਰਹਿੰਦਾ। ਕਿਰਿਆਮਾਨ ਕਰਮ, ਸੰਚਿਤ ਕਰਮ, ਪਰਾਲਬਧ ਕਰਮ, ਪਰਾਲਬਧ ਦੇ ਮੁਤਾਬਕ ਸਾਨੂੰ ਯੂਨੀ ਪ੍ਰਾਪਤ ਹੋ ਜਾਂਦੀ ਹੈ। ਇਸ ਕਰਕੇ ਅਕਾਲ ਪੁਰਖ ਦੇ ਚਰਨਾਂ 'ਚ ਬੇਨਤੀ ਕਰੀਏ, ਸੱਚੇ ਪਾਤਸ਼ਾਹ ਉਹ ਕੰਮ ਕਰਾਇਓ ਜਿਹੜਾ ਤੁਹਾਨੂੰ ਭਾਉਂਦਾ, ਜਿਹੜਾ ਤੁਹਾਨੂੰ ਨਹੀਂ ਭਾਉਂਦਾ ਉਹ ਕਰਮ ਨਾ ਸਾਥੋਂ ਕਰਾਇਓ। ਨਾਲ ਜਾਣ ਵਾਲਾ ਵਾਹਿਗੁਰੂ ਦਾ ਨਾਮ ਹੈ ਸਾਧ ਸੰਗਤ ਜੀ। ਇਸ ਅਸ਼ਟਪਦੀ ਦੇ ਵਿੱਚ ਮਹਾਰਾਜ ਸਾਹਿਬ ਇਹ ਉਪਦੇਸ਼ ਸਾਨੂੰ ਕਲਯੁੱਗ ਦੇ ਜੀਵਾਂ ਨੂੰ ਬਖਸ਼ ਰਹੇ ਹੈ ਕਿ ਨਾਲ ਜਾਣ ਵਾਲਾ ਤਾਂ ਨਾਮ ਹੈ। ਇੱਕ ਜਗ੍ਹਾ ਹੋਰ ਮਹਾਰਾਜ ਨੇ ਬੜਾ ਸੁੰਦਰ ਪ੍ਰਮਾਣ ਦਿੱਤਾ, ਕੋਈ ਜਾਣੈ ਕਵਨ ਈਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਵਿਧ ਬੂਝੈ ਤਾ ਕੀ ਨਿਰਮਲ ਰੀਤ। ਇਹਦਾ ਭਾਵ ਇਹ ਹੈ ਕਿ ਕੋਈ ਜਾਣੈ ਕਵਨ ਈਹਾਂ ਜਗ ਮੀਤ, ਕੋਈ ਵਿਰਲੇ ਹੀ ਜਾਣਦਾ ਕਿ ਸੱਚਾ ਮੀਤ ਭਾਵ ਮਿੱਤਰ ਵਾਹਿਗੁਰੂ ਦਾ ਨਾਮ ਹੈ। ਇਹ ਬਿਰਲੇ ਨੂੰ ਇਹ ਗਿਆਨ ਪ੍ਰਾਪਤ ਹੁੰਦਾ ਹੈ, ਨਹੀਂ ਤਾਂ ਆਪਾਂ ਹੋਰ ਧਨ ਨੂੰ ਮਿੱਤਰ ਮੰਨ ਲਿਆ, ਕਿਸੇ ਨੇ ਰਿਸ਼ਤੇਦਾਰ ਸਾਕ ਸੰਬੰਧੀਆਂ ਨੂੰ ਹੋਰ ਮਿੱਤਰ ਬਣਾ ਲਿਆ। ਕੋਟਣ ਮੈਂ ਨਾਨਕ ਕਉ ਨਾਰਾਇਣ ਜਹਿ ਚੀਤ, ਕੋਟਣ ਤੋਂ ਭਾਵ ਕਰੋੜਾਂ ਦੇ ਵਿੱਚੋਂ ਇੱਕ ਹੁੰਦਾ ਹੈ ਜਿਹੜਾ ਬ੍ਰਹਮ ਗਿਆਨੀ ਹੁੰਦਾ ਹੈ, ਜਿਹਦਾ ਪੂਰੀ ਤਰ੍ਹਾਂ ਚਿੱਤ ਨਾਰਾਇਣ ਦੇ ਵਿੱਚ ਜੁੜਿਆ ਹੁੰਦਾ। ਨਾ ਅਰ ਐਣ, ਜੇ ਆਪਾਂ ਪਦ ਛੇਦ ਕਰਕੇ ਅਰਥ ਕਰੀਏ, ਨਾ ਤੋਂ ਭਾਵ ਨਹੀਂ, ਅਰ ਐਣ, ਜਿਹਦੇ ਵਿੱਚ ਵਿਸ਼ੇ ਵਿਕਾਰ ਆਪਣਾ ਘਰ ਨਾ ਬਣਾ ਸਕਣ, ਬਿਲਕੁਲ ਸ਼ੁੱਧ ਸਰੂਪ ਹੋਵੇ ਬ੍ਰਹਮ ਦਾ। ਨਾ ਅਰ ਐਣ, ਜਿਹਦੇ ਵਿੱਚ ਵਿਸ਼ੇ ਵਿਕਾਰ ਆਪਣਾ ਘਰ ਨਾ ਬਣਾ ਸਕਣ, ਉਹ ਨਾਰਾਇਣ ਹੈ, ਸ਼ੁੱਧ ਬ੍ਰਹਮ ਹੈ। ਕੋਈ ਜਾਣੈ ਕਵਨ ਈਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਵਿਧ ਬੂਝੈ ਤਾ ਕੀ ਨਿਰਮਲ ਰੀਤ। ਨਿਰਮਲ ਤੋਂ ਭਾਵ ਮੈਲ ਤੋਂ ਰਹਿਤ, ਉਹਦੀ ਮਰਿਆਦਾ ਜਿਹੜੀ ਹੈ ਨਾ, ਜਿਹੜਾ ਇਹ ਬੁੱਝ ਲੈਂਦਾ ਕਿ ਵਾਹਿਗੁਰੂ ਦਾ ਨਾਮ ਹੈ ਸੱਚਾ ਸਾਥੀ ਹੈ, ਨਾਮ ਜਪ ਕੇ ਅੰਦਰੋਂ ਪਵਿੱਤਰ ਹੋ ਜਾਂਦਾ। ਸੁਣਤੇ ਪੁਨੀਤ ਕਹਿਤੇ ਪਵਿੱਤ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜ਼ਿਕਰ ਆਉਂਦਾ ਗਣਕਾ ਇੱਕ ਬੇਸ਼ਵਾ ਸੀ, ਕਿੱਦਾਂ ਦਾ ਉਹਦਾ ਜੀਵਨ ਸੀ, ਕਿੱਦਾਂ ਦਾ ਕਰੈਕਟਰ ਸੀ, ਲੇਕਿਨ ਕਿਸੇ ਨਾਮ ਰੱਸੀਏ ਦੀ ਸੰਗਤ ਹੋਈ, ਨਾਮ ਜਪ ਕੇ ਉਹ ਵੀ ਪਵਿੱਤਰ ਹੋ ਗਈ। ਜਿਹੜਾ ਨਾਮ ਹੈ ਨਾ, ਇਹ ਸਾਡੀ ਮੈਲ ਨੂੰ ਕੱਢਦਾ, ਜਿਵੇਂ ਸਾਬਣ ਕੱਪੜਿਆਂ ਦੀ ਮੈਲ ਧੋਂਦਾ, ਸਾਫ਼ ਕਰਦਾ। ਨਾਮ ਸੂਖਮ ਹੈ, ਭਰੀਏ ਮਤ ਪਾਪਾਂ ਕੇ ਸੰਗੋ ਧੋਪੇ ਨਾ ਆਵੇ ਕੇ ਰੰਗ। ਸਿੱਧਾਂ ਨੂੰ ਮਹਾਰਾਜ ਨੇ ਗਿਆਨ ਉਪਦੇਸ਼ ਦਿੱਤਾ ਸੀ ਜਪਜੀ ਸਾਹਿਬ ਦੇ ਰਾਹੀਂ, ਸੂਖਮ ਦੀ ਮੈਲ ਨੂੰ ਸੂਖਮ ਨੇ ਕੱਟਣਾ। ਜਦੋਂ ਆਪਾਂ ਨਿਤਨੇਮ ਬਾਣੀ ਪੜ੍ਹਨੀ ਸ਼ੁਰੂ ਕਰਦੇ ਹਾਂ, ਪਹਿਲਾਂ ਆਲਸ ਵੀ ਪੈਂਦੀ ਹੈ, ਨੀਂਦਰ ਵੀ ਆਉਂਦੀ ਹੈ, ਹੌਲੀ ਹੌਲੀ ਫਿਰ
ਨੀਂਦ ਵੀ ਵਸੀਕਾਰ ਹੋ ਜਾਂਦੀ ਹੈ, ਬੋਲ ਚਾਲ ਦੇ ਵਿੱਚ ਵੀ ਫਰਕ ਆ ਜਾਂਦਾ, ਹੌਲੀ ਹੌਲੀ ਰਸ ਆਉਣਾ ਸ਼ੁਰੂ ਹੋ ਜਾਂਦਾ, ਕੋਈ ਇੱਕ ਦਿਨ ਦੇ ਵਿੱਚ ਨਹੀਂ ਨਾਮ ਜਪਣ ਵਾਲਾ ਜੀਵਨ ਬਣਦਾ, ਹੌਲੀ ਹੌਲੀ ਕਿਰਪਾ ਹੁੰਦੀ ਹੈ। ਕਈ ਸਾਧ ਸੰਗਤ ਜੀ ਇੱਕਦਮ ਲੱਗਦੇ ਨੇ, ਫਿਰ ਜਦੋਂ ਥੋੜੇ ਦਿਨਾਂ ਨੂੰ ਮਨ ਜਿਹੜਾ ਚੰਚਲਤਾਈ ਨੂੰ ਪ੍ਰਾਪਤ ਹੋ ਕੇ ਛੱਡ ਦਿੰਦਾ, ਫਿਰ ਹਟ ਜਾਂਦੇ ਨੇ। ਕੱਲਾ ਵਾਹਿਗੁਰੂ ਗੁਰਮੰਤਰ ਦਾ ਜਾਪ, ਵਾਹਿਗੁਰੂ ਗੁਰਮੰਤਰ ਹੈ ਨਾ, ਪਰ ਇਕੱਲਾ ਵਾਹਿਗੁਰੂ ਗੁਰਮੰਤਰ ਦਾ ਜਾਪ ਇਹ ਮਨ ਜਿਹੜਾ ਬੜਾ ਚੰਚਲ ਹੈ, ਬਹੁਤਾ ਇਹ ਦਿਨ ਕਰ ਨਹੀਂ ਸਕਦਾ, ਛੱਡ ਦੇਵੇਗਾ। ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਗੁਰਮੰਤਰ ਦੇ ਨਾਲ ਨਿਤਨੇਮ ਦੀਆਂ ਬਾਣੀਆਂ ਦਾ ਜਾਪ ਕਰਨਾ ਜ਼ਰੂਰੀ। ਮਹਾਰਾਜ ਨੇ ਮਰਿਆਦਾ ਬਣਾਈ ਹੈ ਨਿਤਨੇਮ ਦੀ, ਐਵੇਂ ਨਹੀਂ, ਜੇ ਨਿਤਨੇਮ ਦੀਆਂ ਬਾਣੀਆਂ ਜ਼ਰੂਰੀ ਨਾ ਹੁੰਦੀਆਂ ਸਵੇਰੇ ਸ਼ਾਮ, ਫਿਰ ਇਕੱਲਾ ਗੁਰਮੰਤਰ ਦਾ ਜਾਪ ਕਹਿ ਦਿੰਦੇ। ਹੁਣ ਕਈ ਗੁਰਮੰਤਰ ਦਾ ਜਾਪ ਕਰਦੇ ਕਰਦੇ ਦੇਖੇ ਆ ਅਸੀਂ, ਗੁਰੂ ਦਰਬਾਰ ਦੇ ਵਿੱਚ ਆਪਣੀ ਦਸਤਾਰ ਤੱਕ ਲਾ ਲੈਂਦੇ ਨੇ, ਜ਼ਿਆਦਾ ਸਿਰ ਮਾਰਨ ਲੱਗ ਜਾਣਾ, ਜਿਵੇਂ ਕਿਸੇ 'ਚ ਕੋਈ ਭੂਤ ਨਾ ਵੜਿਆ ਹੁੰਦਾ। ਭਾਈ ਗੁਰਮੰਤਰ ਦਾ ਜਾਪ ਸਹਿਜੇ ਸਹਿਜੇ ਕਰਨਾ, ਗੁਰੂ ਸਾਹਿਬ ਜਾਣਦਾ ਵੀ ਅੰਦਰੋਂ ਅਸੀਂ ਕਿਵੇਂ ਹਾਂ, ਬਾਹਰੋਂ ਕੀ ਦਿਖਾਵਾ ਕਰਦੇ ਹਾਂ। ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਨੂੰ ਪਾਇਆ ਉਹ ਕਦੇ ਚੈਨਲਾਂ ਦੇ ਉੱਤੇ ਜਾ ਕੇ ਵਿਖਿਆਨ ਨਹੀਂ ਕਰਿਆ ਕਰਦੇ, ਉਹ ਆਪਣਾ ਇਹ ਅਨੁਭਵ ਦਾ ਵਿਸ਼ਾ, ਉਹ ਦੱਸਿਆ ਨਹੀਂ ਕਿਸੇ ਨੂੰ ਕਰਦੇ। ਉਹਨਾਂ ਦੇ ਬਚਨ, ਉਹਨਾਂ ਦਾ ਚਿਹਰਾ ਇਸ ਗੱਲ ਦਾ ਸਬੂਤ ਦਿੰਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ ਇਹ ਨਿਸ਼ਾਨੀ ਸਾਧ ਕੀ ਜਿਤ ਭੇਡ ਤਰੀ ਹੈ, ਜਿਸ ਗੁਰਮੁਖ ਦੇ ਦਰਸ਼ਨ ਕਰਕੇ ਸੁਤੇ ਸਿੱਧ ਅੰਦਰ ਨਾਮ ਚੱਲ ਪਵੇ, ਉਹਨੂੰ ਸਮਝ ਲੈਣਾ ਚਾਹੀਦਾ ਗੁਰਮੁਖ ਹੈ, ਜੁੜਿਆ ਹੋਇਆ ਅੰਦਰੋਂ। ਇਸ ਕਰਕੇ ਜਦੋਂ ਗੁਰਮੰਤਰ ਦਾ ਜਾਪ ਕਰਨਾ ਹੈ ਬੜੀ ਸਹਿਜਤਾ ਦੇ ਨਾਲ ਕਰਨਾ ਹੈ, ਕੀਰਤਨ ਕਰਨਾ ਹੈ। ਗੁਰੂ ਸਾਹਿਬ ਨੇ 31 ਰਾਗ ਬਖਸ਼ਿਸ਼ ਕੀਤੇ ਹੈ, ਪਰ ਅਫਸੋਸ ਹੈ ਅੱਜ ਦੇ ਸਮੇਂ ਦੇ ਵਿੱਚ ਰਾਗਾਂ ਨੂੰ ਛੱਡ ਕੇ ਹੋਰ ਇਹ ਸਾਧ ਸੰਗਤ ਜੀ ਫਿਲਮਾਂ ਦੇ ਗਾਣਿਆਂ 'ਤੇ ਅਸੀਂ ਸ਼ਬਦ ਲੱਗ ਕੇ ਪੜ੍ਹਨ, ਪੁਰਾਤਨ ਮਰਿਆਦਾ ਨੂੰ ਅਸੀਂ ਛੱਡਦੇ ਜਾ ਰਹੇ ਹਾਂ। ਧਾਰਨਾ ਵਾਲਾ ਕੀਰਤਨ ਸੰਤ ਰਾੜੇ ਵਾਲੇ ਕਰਦੇ ਹੁੰਦੇ, ਅੱਜ ਉਹ ਪੁਰਾਤਨ ਮਰਿਆਦਾ ਕਿਸੇ ਕਿਸੇ ਕੋਲੇ ਧਾਰਨਾ ਵਾਲੇ ਕੀਰਤਨ ਦੀ ਰਹਿ ਗਈ। ਇਹ ਧਾਰਨਾ ਵਾਲਾ ਕੀਰਤਨ ਨੂੰ ਵੀ ਕਈ ਹੋਰ ਗਾਣਿਆਂ ਦੀਆਂ ਤਰਜ਼ਾਂ 'ਤੇ ਲੱਗ ਕੇ ਗਾਉਣ, ਰਾਗਾਂ ਨੂੰ ਛੱਡ ਕੇ। ਇਹ ਬੜਾ ਸ਼ਲਾਘਾਯੋਗ ਕਦਮ ਜਿਹੜਾ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਲਿਆ ਹੈ। ਇੱਕ ਤਾਂ ਜਿਹੜਾ ਅੰਮ੍ਰਿਤਧਾਰੀ ਹੈ ਨਾ, ਉਹਨੂੰ ਪੰਥਕ ਰੰਗ ਜਿਹੜੇ ਦਸਤਾਰ ਦੇ ਬੰਨ੍ਹਣੇ ਚਾਹੀਦੇ ਨੇ, ਸਾਦਾ ਲਿਬਾਸ, ਪੰਥਕ ਰੰਗ ਜਿਵੇਂ ਨੀਲਾ ਹੋ ਗਿਆ, ਚਿੱਟਾ, ਪੀਲਾ, ਕਾਲਾ, ਜਿਹੜਾ ਵੀ ਅੰਮ੍ਰਿਤਧਾਰੀ ਹੈ, ਇਕੱਲੇ ਪ੍ਰਚਾਰਕਾਂ ਲਈ ਨਹੀਂ, ਜਿਹਨੇ ਵੀ ਅੰਮ੍ਰਿਤ ਛਕ ਲਿਆ, ਜੇ ਆਪਾਂ ਪੰਥਕ ਰੰਗ ਧਾਰਨ ਕਰਾਂਗੇ ਪਤਾ ਲੱਗੂ ਖਾਲਸਾ ਜਾਂਦਾ। ਰੰਗ ਪਰਮੇਸ਼ਰ ਦੇ ਬਣਾਏ ਹੋਏ ਨੇ ਸਾਰੇ, ਪਰ ਮਹਾਰਾਜ ਨੇ ਇਹ ਵੀ ਤਾਂ ਬਚਨ ਕੀਤੇ ਹੈ ਨਾ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੇਊ ਮੈਂ ਸਾਰਾ, ਜਬ ਇਹ ਕਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਹੁਣ ਅੰਮ੍ਰਿਤ ਛਕਿਆ, ਕੋਈ ਹਰੀ ਪੱਗ ਬੰਨੀ ਫਿਰੇ ਤੇ ਕਰੇ ਪ੍ਰਚਾਰ, ਕੋਈ ਲਾਲ ਪੱਗ ਬੰਨੀ ਫਿਰੇ, ਇਹ ਸਾਧ ਸੰਗਤ ਜੀ ਸ਼ੋਭਾ ਨਹੀਂ ਦਿੰਦਾ। ਜਿਹਨੇ ਵੀ ਅੰਮ੍ਰਿਤ ਛਕਿਆ
ਗੁਰੂ ਕਾ ਪਿਆਰਾ ਉਹ ਇਹਨਾਂ ਚਾਰੇ ਰੰਗਾਂ ਨੂੰ ਸਜਾਵੇ, ਭਾਵੇਂ ਪ੍ਰਚਾਰਕ ਹੈ ਚਾਹੇ ਕੋਈ ਪ੍ਰਬੰਧਕ ਹੈ, ਮਰਿਆਦਾ ਤਾਂ ਸਾਰਿਆਂ ਲਈ ਉਹ ਹੁੰਦੀ ਹੈ। ਇਸ ਕਰਕੇ ਆਓ ਦੂਜਾ ਫੈਸਲਾ ਲਿਆ ਕਿ ਕੀਰਤਨ ਕਰਨ ਵੇਲੇ ਕੋਈ ਮੋਬਾਇਲ, ਕਥਾ ਕਰਨ ਵੇਲੇ ਕੋਈ ਮੋਬਾਇਲ ਨਹੀਂ ਰੱਖਣਾ। ਇਹ ਸਭ ਤੋਂ ਵਧੀਆ ਫੈਸਲਾ, ਕਿਉਂਕਿ ਬਾਣੀ ਕੰਠ ਤਾਂ ਅਸੀਂ ਕਰਨ ਨੂੰ ਹੀ ਹਟ ਗਏ। ਸਾਡੀ ਕੌਮ ਦੀ ਇੱਕ ਤਰਾਸਦੀ ਹੈ, ਜਿਹੜਾ ਵੱਧ ਨਕਲ ਮਾਰ ਕੇ ਕੀਰਤਨ ਕਰੇ ਨਾ ਉਹਨੂੰ ਕਹਿਣਗੇ ਮਹਾਨ ਕੀਰਤਨੀਆਂ, ਜਿਹੜਾ ਵੱਧ ਨਕਲ ਮਾਰ ਕੇ ਕਥਾ ਕਹਿਣ ਕਰੇ ਉਹਨੂੰ ਕਹਿਣਗੇ ਮਹਾਨ ਕਥਾ ਵਾਚਕ ਹੈ। ਪਹਿਲਾਂ ਦੇਖ ਤਾਂ ਲਓ, ਇੱਕ ਕਥਾ ਕੀਰਤਨ ਜਿੰਨਾ ਹੋ ਸਕੇ ਬਾਣੀ ਕੰਠ ਕਰਨੀ ਹੈ, ਜਵਾਨੀ ਕਰਨਾ, ਦੇਖ ਕੇ ਤਾਂ ਕੀਰਤਨ ਹਰ ਕੋਈ ਕਰ ਲੂ, ਨਕਲ ਮਾਰ ਕੇ ਕਥਾ ਵੀ ਕਰ ਲੂ। ਇਸ ਕਰਕੇ ਪੁਰਾਤਨ ਗੁਰਸਿੱਖਾਂ ਨੂੰ ਬਾਣੀ ਬੜੀ ਕੰਠ ਹੁੰਦੀ ਸੀ। ਸੋ ਇਹ ਸ਼ਲਾਘਾਯੋਗ ਫੈਸਲੇ ਜਿਹੜੇ ਲਏ ਹੈ, ਕਿਸੇ ਨੇ ਗੁਰਮੰਤਰ ਦਾ ਜਾਪ ਕਰਨ ਤੋਂ ਕਿਸੇ ਨੇ ਮਨਾ ਨਹੀਂ ਕੀਤਾ। ਕੀਰਤਨ ਦਾ ਜਿਹੜਾ ਸ਼ਬਦ ਹੈ ਸੰਪੂਰਨ ਕਰੋ, ਸ਼ਬਦ ਤੋਂ ਪਹਿਲਾਂ ਕਰ ਲਓ, ਬਾਅਦ ਵਿੱਚ ਕਰ ਲਓ, ਕਿਸੇ ਨੇ ਗੁਰਮੰਤਰ ਦਾ ਜਾਪ ਕਰਨ ਤੋਂ ਮਨਾ ਨਹੀਂ ਕੀਤਾ, ਕੋਈ ਕਰ ਵੀ ਨਹੀਂ ਸਕਦਾ। ਗੁਰੂ ਕਾ ਹੁਕਮ ਹੈ, ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੇ ਖੋਈ। ਇਸ ਕਰਕੇ ਜੇ ਆਪਾਂ ਕਹਿ ਦਈਏ ਨਾ ਵੀ ਇਕੱਲਾ ਵਾਹਿਗੁਰੂ ਗੁਰਮੰਤਰ ਜਪ ਕੇ ਸਾਡਾ ਮਨ, ਸਾਡਾ ਛੁਟਕਾਰਾ ਹੋਜੂ, ਨਹੀਂ ਭਾਈ, ਬਾਣੀ ਵੀ ਪੜ੍ਹਨੀ ਪਊ। ਸੁਣ ਸਮਾਧੀਆਂ ਵਾਲੀ ਸਾਖੀ ਪੜ੍ਹ ਲਿਓ। ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਗੁਰੂ ਨਾਨਕ ਨੇ ਸੁਣ ਸਮਾਧੀਆਂ ਦੇ ਦਰਸ਼ਨ ਕਰਾਏ ਤਾਂ ਉਦੋਂ ਸੁਣ ਸਮਾਧੀਆਂ ਨੂੰ ਸ਼ਾਮ ਦਾ ਸਮਾਂ ਸੀ, ਪੁੱਛਿਆ ਗੁਰੂ ਅੰਗਦ ਸਾਹਿਬ ਨੇ, ਭਾਈ ਲਹਿਣਾ ਜੀ ਦੇ ਰੂਪ ਦੇ ਵਿੱਚ ਸੀ, ਕਹਿੰਦੇ ਆਪ ਜੀ ਕਿੱਥੋਂ ਆਏ ਹੋ, ਇਸ ਵੇਲੇ ਕਿੱਥੇ ਚਲੇ ਜਾਂਦੇ ਹੋ? ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਨਾਮ ਬੜਾ ਜਪਿਆ ਮਾਤ ਲੋਕ ਦੀ ਧਰਤੀ ਤੇ ਜਾ ਕੇ, ਪਰੰਤੂ ਸ਼ਾਮ ਦੇ ਸਮੇਂ ਜੋ ਮਰਿਆਦਾ ਹੈ ਰਹਿ ਰਾਸ ਦਾ ਪਾਠ ਕਰਨ ਤੋਂ ਅਸੀਂ ਖੁੰਝ ਗਏ। ਚਾਹੇ ਕੋਈ ਬ੍ਰਹਮ ਅਵਸਥਾ ਨੂੰ ਵੀ ਪ੍ਰਾਪਤ ਕਰ ਲਵੇ ਤਾਂ ਵੀ ਜੋ ਮਰਿਆਦਾ ਹੈ ਅੰਮ੍ਰਿਤ ਵੇਲੇ ਜਾ ਕੇ ਬਾਣੀ ਪੜ੍ਹਨੀ, ਸ਼ਾਮ ਨੂੰ ਬਾਣੀ, ਸ਼ਾਮ ਨੂੰ ਰਹਿ ਰਾਸ ਦਾ ਪਾਠ ਕਰਨਾ, ਇਹ ਬ੍ਰਹਮ ਗਿਆਨੀ ਲਈ ਵੀ ਹੈ। ਜਿਹੜੇ ਬ੍ਰਹਮ ਗਿਆਨੀ ਨੇ ਕਦੇ ਵੀ ਗੁਰੂ ਕੀ ਮਰਿਆਦਾ ਨੂੰ ਨਹੀਂ ਤੋੜਿਆ ਕਰਦੇ। ਇਸ ਕਰਕੇ ਆਓ, ਨਾਲ ਜਾਣ ਵਾਲਾ ਨਿਤਨੇਮ ਸੇਵਾ ਸਿਮਰਨ ਭਜਨ ਹੈ। ਕਈ ਸੇਵਾ ਸਿਮਰਨ ਨੂੰ ਤੋਤਾ ਰਟਨ ਕਹਿਣ ਲੱਗ ਗਏ, ਬ੍ਰਾਹਮਣਵਾਦ ਇਹ ਦੱਸਣ ਲੱਗ ਗਏ, ਉਹ ਭਾਈ ਬ੍ਰਾਹਮਣਵਾਦ ਪਖੰਡ ਹੈ, ਜਾਦੂ ਟੂਣੇ ਕਰਨੇ, ਜੰਡਾਂ ਤੇ ਸੰਧੂਰ ਪੁੱਕਣੇ, ਕਾਬਰਾਂ ਚ ਜਾ ਕੇ ਹੋਰ ਪੂਜਾ ਕਰਨੀ, ਕੋਈ ਸ਼ਨੀ ਗ੍ਰਹਿ ਦੀ ਪੂਜਾ ਚ ਲੱਗਿਆ ਪਿਆ, ਸਿੱਖ ਹੋ ਕੇ ਏਦਾਂ ਦੀ ਕੋਈ ਗ੍ਰਹਿਾਂ ਦੀ ਪੂਜਾ ਕਰੇ, ਗਲਤ ਹੈ। ਹੁੰਦਾ ਸਭ ਕੁਝ ਹੈ, ਜਿਹੜਾ ਬਾਣੀ ਪੜ੍ਹਦਾ ਹੈ ਉਸ ਤੇ ਕੋਈ ਵੀ ਮਾੜਾ ਗ੍ਰਹਿ ਉਹਤੇ ਕੋਈ ਅਸਰ ਨਹੀਂ ਕਰ ਸਕਦਾ। ਗੁਰਬਾਣੀ ਤੇ ਤਾਕਤ, ਗੁਰਬਾਣੀ ਤੇ ਸਾਨੂੰ ਵਿਸ਼ਵਾਸ ਰੱਖਣਾ ਚਾਹੀਦਾ। ਇਸ ਕਰਕੇ ਆਓ, ਸਿਮਰਾਓ, ਸਿਮਰ ਸਿਮਰ ਸੁਖ ਪਾਵੋ, ਸੁੱਖਾਂ ਦੀ ਪ੍ਰਾਪਤੀ ਹੋਊ ਵਾਹਿਗੁਰੂ ਦੀ ਯਾਦ ਵਿੱਚ ਜੁੜ ਕੇ। ਕਲ ਕਲੇਸ਼ ਤਨ ਮਾਹੇ ਮਿਟਾਵੋ, ਕਲਯੁਗ ਦੇ ਕਲੇਸ਼ ਤੇਰੇ ਤਨ ਤੇ ਮਨ ਤੋਂ ਮਿਟ ਜਾਣਗੇ, ਨਾਮ ਦੇ ਵਿੱਚ ਐਡੀ ਤਾਕਤ ਹੈ। ਸੋ ਸਤਿਗੁਰੂ ਮਹਾਰਾਜ 19ਵੀਂ ਅਸ਼ਟਪਦੀ ਦੇ ਵਿੱਚ ਜਦੋਂ ਸਿੱਖਾਂ ਨੇ ਪੁੱਛਿਆ ਮਹਾਰਾਜ ਨਾਲ ਕੀ ਜਾਂਦਾ, ਤਾਂ ਸਤਿਗੁਰੂ ਜੀ ਸਮਝਾਉਣਾ ਕਰਦੇ ਹਨ। ਆਓ ਪ੍ਰੇਮ ਸਹਿਤ ਸਰਵਣ ਕਰੀਏ ਜੀ। ਵਾਹਿਗੁਰੂ ਜੀ ਸਲੋਕਾ, ਸਾਥ ਨਾ ਚਾਲੈ ਬਿਣ ਭਜਣ, ਵਿਖਿਆ ਸਗਲੀ ਸ਼ਾਰ,
ਸਤਿਗੁਰੂ ਮਹਾਰਾਜ ਕਹਿੰਦੇ ਹੇ ਗੁਰਸਿੱਖੋ, ਹੇ ਗੁਰੂ ਕੇ ਪਿਆਰਿਓ, ਸਾਰੀ ਲੁਕਾਈ ਵਾਸਤੇ ਮਹਾਰਾਜ ਦਾ ਉਪਦੇਸ਼ ਹੈ, ਇਕੱਲੇ ਗੁਰਸਿੱਖਾਂ ਲਈ ਨਹੀਂ ਸਾਰੀ ਲੁਕਾਈ ਲਈ, ਕਿ ਭਾਈ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਾਥ ਨਾ ਚੱਲੇ ਬਿਨ ਭਜਨ, ਉਹਦੇ ਭਜਨ ਤੋਂ ਬਿਨਾਂ ਕੁਝ ਵੀ ਨਾਲ ਜਾਣ ਵਾਲਾ ਨਹੀਂ। ਵਿਖਿਆ ਸੰਸਾਰ ਦੇ ਵਿਸ਼ੇ ਵਿਕਾਰ, ਵਿਖਿਆ ਸਗਲੀ ਛਾਰ, ਇਹ ਜਿਹੜਾ ਸਰੀਰ ਹੈ ਇਹ ਨਾਸ਼ਵੰਤ ਹੈ, ਆਤਮਾ ਕਦੇ ਮਰਦੀ ਨਹੀਂ। ਜੇ ਆਤਮਾ ਮਰਦੀ ਹੋਵੇ ਤਾਂ ਜਦੋਂ ਅੰਤਮ ਅਰਦਾਸ ਹੁੰਦੀ ਹੈ ਫਿਰ ਆਪਾਂ ਅਰਦਾਸ ਕਾਹਦੀ ਕਰਦੇ ਹਾਂ, ਜੇ ਕੁਝ ਨਾਲ ਨਹੀਂ ਜਾਂਦਾ। ਕਈ ਕਹਿ ਦਿੰਦੇ ਨੇ ਨਾਲ ਤਾਂ ਕੁਝ ਜਾਂਦਾ ਨਹੀਂ, ਇਹ ਜਗ ਮਿੱਠਾ ਅਗਲਾ ਕਿਨ ਡਿੱਠਾ। ਇਹੋ ਜਿਹੇ ਨਾਸਤਿਕ ਬਿਰਤੀ ਵਾਲੇ ਵੀ ਸਿੱਖ ਧਰਮ ਚ ਪੈਦਾ ਹੋ ਗਏ। ਉਹ ਭਾਈ ਜੇ ਨਾਲ ਕੁਝ ਨਹੀਂ ਜਾਂਦਾ, ਆਤਮਾ ਹੁੰਦੀ ਨਹੀਂ, ਤਾਂ ਮਰਨ ਤੋਂ ਬਾਅਦ ਅਰਦਾਸ ਕਿਉਂ ਕਰਾਉਣੇ ਹੋ? ਗ੍ਰੰਥੀ ਸਿੰਘ ਤੋਂ ਵੀ ਆਤਮਾ ਦੀ ਸ਼ਾਂਤੀ ਬਖਸ਼ੋ, ਆਤਮਾ ਨੂੰ ਚਰਨਾਂ ਚ ਨਿਵਾਸ ਬਖਸ਼ੋ, ਇਹਦਾ ਮਤਲਬ ਅੱਗਾ ਹੈ। ਇਹਦਾ ਮਤਲਬ ਆਤਮਾ ਮਰਨ ਹਾਰ ਇਹ ਜੀਰਾ ਨਾ ਹੀ, ਗੁਰੂ ਗ੍ਰੰਥ ਸਾਹਿਬ ਤਾਂ ਇਹ ਕਹਿੰਦੇ ਆ ਵੀ ਆਤਮਾ ਜੀਰਾ, ਇਹ ਕਦੇ ਮਰਦਾ ਹੀ ਨਹੀਂ। ਜੇ ਸ਼ੁਭ ਕਰਮ ਕੀਤੇ ਨੇ ਚਰਨਾਂ ਚ ਨਿਵਾਸ ਮਿਲਦੂ, ਨਹੀਂ ਫਿਰ ਟੇਢੀਆਂ ਜੂਨਾਂ ਨੂੰ ਧਾਰਨ ਕਰਕੇ ਇਹ ਸਰੀਰ ਘੁੰਮਦਾ ਰਹਿੰਦਾ। ਸਾਥ ਨਾ ਚੱਲੇ ਬਿਨ ਭਜਨ, ਵਿਖਿਆ ਸੰਸਾਰ ਦੀ ਮਾਇਆ ਸਗਲੀ ਛਾਰ, ਇਹ ਛਾਰ ਤੋਂ ਭਾਵ ਖਾਕ ਰੂਪ ਹੈ, ਨਾਸ਼ਵੰਤ ਹੈ ਸੰਸਾਰ। ਭਜਨ ਹੀ ਵਾਹਿਗੁਰੂ ਦਾ ਨਾਲ ਜਾਣ ਵਾਲਾ। ਹਰ ਹਰ ਨਾਮ ਕਮਾਵਣਾ, ਨਾਨਕ ਧਨ ਸਾਰ। ਹਰ ਹਰ, ਹਰ ਤੋਂ ਭਾਵ ਹਰੀ ਪਰਮੇਸ਼ਰ, ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ। ਆਪਾਂ ਹਰੇ ਹਾਂ ਜਿੰਨਾ ਸਮਾਂ ਚੇਤਨ ਸਦਾ ਸਾਡੇ ਚ। ਜਿਵੇਂ ਕੋਈ ਦਰਖਤ ਨੂੰ ਵੱਢ ਲਵੇ, ਕੋਈ ਟਾਹਣੀ ਤੋੜ ਲਵੇ, ਟਾਹਣੀ ਸੁੱਕ ਜਾਂਦੀ ਹੈ। ਇਸੇ ਤਰ੍ਹਾਂ ਜਿਸ ਦਿਨ ਚੇਤਨ ਸਤਾ ਨਿਕਲ ਗਈ, ਸਰੀਰ ਖਤਮ ਮਰਝਾ ਜਾਵੇਗਾ। ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਦਾ, ਕਈਆਂ ਦੇ ਸਰੀਰ ਪ੍ਰਾਣ ਨਿਕਲਣ ਤੋਂ ਬਾਅਦ ਸਰੀਰ ਬਦਲ ਜਾਂਦਾ, ਕਾਲਾ ਹੋ ਜਾਂਦਾ। ਦੇਖਿਆ ਨਾ ਕਈ ਮੁਰਦਾ ਸਰੀਰ। ਜਿੰਨਾ ਸਮਾਂ ਚੇਤਨ ਸਤਾ ਹੈ, ਹਰਿਆ ਭਰਿਆ ਹੈ, ਸਾਰਿਆਂ ਨੂੰ ਚੇਤਨ ਸਤਾ ਦੇ ਕੇ ਹਰੇ ਭਰੇ ਕਰਨ ਵਾਲਾ, ਉਹਦੇ ਨਾਮ ਦੀ ਕਮਾਈ ਕਰ ਲੈ। ਨਾਨਕੇ ਧਨ ਸਾਰ, ਇਹੋ ਧਨ ਸਾਰ, ਦਰਗਾਹ ਵਿੱਚ ਇਹ ਜਿਹੜਾ ਨਾਮ ਰੂਪੀ ਧਨ ਹੈ ਇਹ ਤੇਰੀ ਸਾਰ ਲਵੇਗਾ, ਹੋਰ ਕਿਸੇ ਨੇ ਤੇਰੀ ਸਾਰ ਨਹੀਂ ਲੈਣੀ। ਨਾਮ ਹੀ ਤੇਰੀ ਪਹਿਚਾਣ ਹੈ ਲੋਕ ਪਰਲੋਕ ਦੇ ਵਿੱਚ। ਨਾਮ ਜਪਣ ਵਾਲਿਆਂ ਦਾ ਸਤਿਕਾਰ ਹੁੰਦਾ ਲੋਕ ਪਰਲੋਕ ਚ, ਆਪਾਂ ਨੂੰ ਕੋਈ ਪੁੱਛਦਾ ਨਹੀਂ ਕਿਉਂਕਿ ਆਪਾਂ ਨਾਮ ਨਹੀਂ ਜਪਦੇ, ਕਮਾਈ ਨਹੀਂ ਕਰਦੇ ਜਿੰਨੀ ਕਰਨੀ ਚਾਹੀਦੀ ਹੈ, ਹੋਰਾਂ ਗੱਲਾਂ ਬਾਤਾਂ ਚ ਆਪਾਂ ਸਮਾਂ ਬਤੀਤ ਕਰ ਦਿੰਦੇ ਹਾਂ। ਹਰ ਹਰ ਨਾਮ ਕਮਾਵਨਾ, ਨਾਨਕ ਇਹੋ ਧਨ ਸਾਰ, ਵਾਹਿਗੁਰੂ ਪਰਮੇਸ਼ਰ ਦਾ ਜਪਿਆ ਨਾਮ ਤੇਰੀ ਸਾਰ ਲਵੇਗਾ ਲੋਕ ਪ੍ਰਲੋਕ ਦੇ ਵਿੱਚ। ਅਸ਼ਟਪਦੀ, ਅੱਠ ਪੌੜੀਆਂ ਵਾਲੀ, ਅੱਠ ਪਦਿਆਂ ਵਾਲੀ ਅਸ਼ਟਪਦੀ ਉਚਾਰਨ ਕਰਦੇ ਹਨ। ਸੰਤ ਜਣਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ। ਸੰਤ ਜਣਾ ਜਿਹੜੇ ਭਲੇ ਪੁਰਸ਼ ਹਨ, ਸੰਤ ਕਿਹਨੂੰ ਕਹਿੰਦੇ ਨੇ? ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੋਈ ਨਾਨਕਾ ਪੂਰਨ ਸੋਈ ਸੰਤ। ਜਿਹੜਾ ਸਵਾਸ ਸਵਾਸ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਕਰਦਾ, ਜਿਹਨੂੰ ਨਾਮ ਭੁੱਲਦਾ ਹੀ ਨਹੀਂ, ਹਰ ਸਮੇਂ ਉਹਦੇ ਭਾਣੇ ਚ ਰਹਿੰਦਾ, ਦੁੱਖ ਆਵੇ ਸੁੱਖ ਆਵੇ,
ਸੰਤ ਕਿਸੇ ਭੇਖ ਦਾ ਨਾ ਆਉਣੀ, ਬਾਣਾ ਗੁਰੂ ਕਾ ਸਤਿਕਾਰ ਯੋਗ ਹੈ। ਸੰਤ ਜਿਹੜਾ ਸਵਾਸ ਸਵਾਸ ਨਾਮ ਜਪੇ, ਬੀਬੀ ਵੀ ਹੋ ਸਕਦੀ ਹੈ, ਭਾਈ ਵੀ ਹੋ ਸਕਦਾ। ਸੰਤ ਜਿਨ੍ਹਾਂ ਮਿਲ ਕਰੋ ਵਿਚਾਰ, ਗੁਰਮੁਖਾਂ ਦੇ ਨਾਲ ਮਿਲ ਕੇ ਵਿਚਾਰ ਕਰ ਲੈ ਨਾਮ ਦੀ। ਏਕ ਸਿਮਰ ਨਾਮ ਆਧਾਰ, ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸਿਮਰ ਚੇਤੇ ਕਰ, ਕਿਉਂਕਿ ਨਾਮ ਹੀ ਆਧਾਰ ਆਧਾਰ ਹੈ, ਨਾਮ ਹੀ ਤੇਰਾ ਆਧਾਰ ਕਰਨ ਵਾਲਾ ਹੈ, ਨਾਮ ਹੀ ਪ੍ਰਾਣਾਂ ਦਾ ਆਸਰਾ ਹੈ। ਇਸ ਕਰਕੇ ਸੰਤ ਜਨਾਂ ਨਾਲ ਮਿਲ ਕੇ, ਗੁਰਮੁਖਾਂ ਦੇ ਨਾਲ ਮਿਲ ਕੇ ਨਾਮ ਦੀ ਵਿਚਾਰ ਕਰ, ਚਰਚਾ ਕਰ। ਅਵਰ ਉਪਾਵ ਸਭ ਮੀਤ ਬਸਾਰੋ, ਚਰਨ ਕਮਲ ਰਿਦ ਮਹਿ ਔਰ ਧਾਰੋ। ਹੇ ਭਾਈ, ਹੇ ਮਿੱਤਰ, ਮਹਾਰਾਜ ਉਪਦੇਸ਼ ਦਿੰਦੇ ਨੇ, ਕਈ ਜਗ੍ਹਾ ਕਹਿ ਦਿੱਤਾ ਹੇ ਸੰਤੋ, ਹੇ ਸਾਧੋ, ਬੜੇ ਪ੍ਰੇਮ ਸਹਿਤ ਉਪਦੇਸ਼ ਦਿੰਦੇ ਨੇ। ਆਵਰ ਉਪਾਵ ਸਭ ਮੀਤ ਵਿਸਾਰੋ, ਮੀਤ ਭਾਵ ਮੇਰੇ ਮਿੱਤਰ, ਹੋਰ ਯਤਨਾਂ ਨੂੰ ਵਿਸਾਰ ਦੇ, ਛੱਡ ਦੇ, ਛੱਡ ਦੇ ਬੰਦਿਆਂ ਦੀ ਆਸ। ਆਪਾਂ ਬੰਦਿਆਂ ਦੀ ਆਸ ਜ਼ਿਆਦਾ ਤੱਕਦੇ ਹਾਂ, ਪਰ ਦੁੱਖਾਂ ਵੇਲੇ ਇਹਨਾਂ ਨੇ ਸਾਰਿਆਂ ਨੇ ਛੱਡ ਜਾਣਾ ਹੈ ਆਪਾਂ ਨੂੰ। ਜਦੋਂ ਦੁੱਖ ਦਾ ਸਮਾਂ ਆਉਣਾ ਹੈ, ਰਿਸ਼ਤੇਦਾਰ, ਸਾਕ ਸੰਬੰਧੀ, ਪਰਿਵਾਰ ਵਾਲੇ ਸਾਰੇ ਮੂੰਹ ਮੋੜ ਲੈਂਦੇ ਨੇ। ਬਾਲਮੀਕ ਜੀ ਨੂੰ ਵੀ ਜਦੋਂ ਮਹਾਤਮਾ ਨੇ ਗਿਆਨ ਕਰਾਇਆ ਸੀ, ਕਹਿ ਦਿੱਤਾ ਸੀ ਬਾਲਮੀਕ ਜੀ ਜਾ ਕੇ ਘਰੇ ਪੁੱਛ ਕੇ ਆਓ, ਜਦੋਂ ਲੇਖਾ ਦੇਣਾ ਪਊ, ਔਖਾ ਸਮਾਂ ਆਊ, ਸਾਥ ਦੇਣਗੇ। ਭਾਈ ਗੁਰਦਾਸ ਨੇ ਸਾਰਾ ਨਕਸ਼ਾ ਖਿੱਚਿਆ। ਬਾਲਮੀਕ ਜੀ ਨੇ ਫਿਰ ਜਦੋਂ ਪੁੱਛਿਆ, ਸੰਖੇਪ ਵਿਚਾਰ ਹੈ, ਕੋੜਮੜਾ ਚੌਖੰਨੀ ਹੈ ਕੋਈ ਨਾ ਬੇਲੀ ਕਰਦੇ ਝਾੜਾ, ਕਹਿੰਦੇ ਲੇਖਾ ਤਾਂ ਤੇਰਾ ਤੈਨੂੰ ਦੇਣਾ ਪੈਣਾ। ਮਾਂ ਨੇ ਵੀ, ਘਰ ਵਾਲੀ ਨੇ ਵੀ ਜਵਾਬ ਦੇ ਦਿੱਤਾ, ਮੈਂ ਤੇਰੀ ਜਗ੍ਹਾ ਤੇ ਲੇਖਾ ਨਹੀਂ ਦੇ ਸਕਦੀ। ਸੋ ਆਵਰ ਉਪਾਵ, ਹੋਰ ਯਤਨਾਂ ਨੂੰ ਛੱਡ ਦਿਓ। ਆਵਰ ਤੋਂ ਭਾਵ ਦੂਜੇ ਯਤਨ ਛੱਡ ਦਿਓ। ਆਵਰ ਉਪਾਵ, ਗੁਰੂ ਦੀ ਬਾਣੀ ਨੂੰ ਛੱਡ ਕੇ ਪਾਈ ਆ ਦੇਵੀ ਦੇਵਤਿਆਂ ਨੂੰ ਪ੍ਰਸਾਰਨ ਕਰਨ ਵਾਲਾ ਯਤਨ ਛੱਡ ਦੇ। ਹਿੰਦੂ ਭਰਾ, ਉਹਨਾਂ ਦਾ ਧਰਮ ਹੈ ਮੰਨਣ, ਮੁਸਲਮਾਨ ਉਹਨਾਂ ਦਾ ਧਰਮ ਹੈ ਮੰਨਣ। ਆ ਪੰਜਾਬ ਦੇ ਵਿੱਚ ਸਰ ਸੰਗਤ ਜੀ, ਇਹਨਾਂ ਦਿਨਾਂ ਦੇ ਵਿੱਚ ਬੜਾ, ਵੈਸੇ ਤਾਂ ਹਿੰਦੁਸਤਾਨ ਦੇ ਵਿੱਚ ਹੀ ਹੈ, ਆਵਈ ਉੱਤਿਆ ਹੋਇਆ, ਸ੍ਰਿਸ਼ਟੀ ਵਰਨ ਸ਼ੰਕਰ ਹੋ ਗਈ ਹੈ ਸਾਰੀ, ਪਖੰਡ ਜ਼ਿਆਦੇ ਚੱਲ ਪਿਆ। ਆ ਵੀਡੀਓਜ਼ ਆਪਾਂ ਦੇਖਦੇ ਹਾਂ, ਕੋਈ ਪਖੰਡ ਕਰਕੇ ਕੋਈ ਪੁੱਛਾ ਦਿੰਦਾ, ਕੋਈ ਜੀਭ ਕੱਢੀ ਬੈਠਾ ਹੈ, ਮੇਰੇ 'ਚ ਕਾਲੀ ਆ ਗਈ, ਵੀ ਸਿਰ ਘੁਮਾ ਰਿਹਾ। ਜਿਹੜੇ ਅਸਲ ਪੀਰ ਨੇ ਨਾ, ਪੀਰ ਬੁੱਧੂ ਸ਼ਾਹ, ਪੀਰ ਭੀਖਮ ਸ਼ਾਹ, ਏਦਾਂ ਦੇ ਸਤਿਕਾਰਯੋਗ ਪੀਰ ਹੋਏ ਨੇ, ਲੇਕਿਨ ਹੁਣ ਕੀ ਚੱਲਿਆ, ਕੋਈ ਸਾਧ ਸੰਗਤ ਜੀ ਘੋੜੇ ਤੋਂ ਡਿੱਗ ਕੇ, ਕੋਈ ਘੋੜਾ ਮਰ ਗਿਆ, ਕੋਈ ਘੋੜੇ ਤੋਂ ਡਿੱਗ ਕੇ ਮਰ ਗਿਆ, ਪੀਰ ਘੋੜੇ ਸ਼ਾਹ ਬਣਾ ਤਾ। ਉੱਥੇ ਕਲਾਕਾਰਾਂ ਦੇ ਫਿਰ ਖਾੜੇ ਲਵਾਉਣੇ, ਗੰਦੇ ਗੀਤ, ਇੰਨੇ ਗੰਦੇ ਗੀਤ ਗਵਾਉਣੇ ਕਿ ਉਹ ਪੀਰ ਨੂੰ ਵੀ ਸ਼ਰਮ ਆਉਂਦੀ ਹੋਊ ਜਿੱਥੇ ਬੈਠਾ ਹੋ। ਉਹ ਪੀਰ ਜਿਹੜਾ ਅਸਲ ਨਾਮ ਜਪਣ ਵਾਲੇ ਫਕੀਰ ਬਾਬਾ ਫਰੀਦ ਸਾਹਿਬ ਵਰਗੇ, ਉਹ ਥੋੜ੍ਹਾ ਇੱਦਾਂ ਦੇ ਸਾਧ ਸੰਗਤ ਜੀ ਗੰਦੇ ਬੈਣ ਸੁਣਦੇ ਸੀਗੇ। ਇਸ ਕਰਕੇ ਆਓ, ਗੁਰੂ ਕੇ ਸਿੱਖ ਨੇ ਕਿਸੇ ਕਬਰ ਤੇ ਮੱਥਾ ਨਹੀਂ ਟੇਕਣਾ, ਕੇਵਲ ਤੇ ਕੇਵਲ ਸ਼ਰਧਾ ਸਹਿਤ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਤੇ ਬਾਣੀ ਨੂੰ ਹਿਰਦੇ ਚ ਵਸਾਉਣਾ। ਆਵਰ ਅਪਾਵ, ਆ ਭਾਈ ਹੋਰ ਅਪਾਵ ਛੱਡ ਦੇ, ਯਤਨ ਕਰਨੇ ਛੱਡ ਦੇ, ਸਭ ਮੀਤ ਵਸਾਰੋ।
ਉਦੋਂ ਸਖੀ ਸਰਬਰ ਦਾ ਬੜਾ ਜ਼ੋਰ ਸੀ, ਬੜੀ ਮਾਨਤਾ ਸੀ ਗੁਰੂ ਅਰਜਨ ਸਾਹਿਬ ਦੇ ਸਮੇਂ। ਭਾਈ ਮੰਝ ਵਰਗੇ, ਭਾਈ ਬਹਿਲੋਂ ਵਰਗੇ, ਇਹ ਵੀ ਪਹਿਲਾਂ ਸਖੀ ਸਰਬਰ ਨੂੰ ਇਹ ਮੰਨਦੇ ਸੀ। ਬਾਅਦ ਵਿੱਚ ਗੁਰੂ ਦੀ ਕਿਰਪਾ ਨਾਲ ਸਿੱਖ ਪੰਥ ਵਿੱਚ ਆਏ ਤੇ ਐਸੇ ਪ੍ਰਵਾਨ ਹੋਏ ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਨਾਂ ਚਮਕਦਾ ਹੈ। ਆਵਰ ਅਪਾਵਸਾ ਮੀਤ ਵਸਾਰੋ, ਚਰਨ ਕਮਲ ਰਿਧ ਮਹਿ ਔਰ ਧਾਰੋ। ਗੁਰੂ ਕੇ ਜਿਹੜੇ ਚਰਨ ਨੇ ਕਮਲਾਂ ਦੀ ਤਰ੍ਹਾਂ, ਜਿਹੜੇ ਚਰਨ ਹਨ ਹਿਰਦੇ ਚ ਵਸਾਉਣਾ ਕਰ ਨਾਮ ਰੂਪੀ ਚਰਨਾਂ ਨੂੰ। ਨਾਮ ਰੂਪੀ ਚਰਨਾਂ ਦਾ ਧਿਆਨ ਧਰ, ਗੁਰੂ ਕੇ ਚਰਨਾਂ ਦਾ ਧਿਆਨ ਧਰ। ਜਿਵੇਂ ਇਤਿਹਾਸ ਵਿੱਚ ਆਉਂਦਾ ਭਾਈ ਗੋਂਦਾ ਜੀ ਗੁਰੂ ਸਾਹਿਬ ਦੇ ਚਰਨਾਂ ਦਾ ਧਿਆਨ ਧਰਦੇ ਸੀ। ਧਿਆਨ ਦੇ ਵਿੱਚ ਬੜੀ ਤਾਕਤ ਹੈ, ਜਿਵੇਂ ਕੂੰਜਾਂ ਹੁੰਦੀਆਂ ਨੇ ਪਹਾੜਾਂ 'ਚ ਬੱਚੇ ਛੱਡ ਕੇ ਆ ਜਾਂਦੀਆਂ ਨੇ, ਧਿਆਨ ਦੇ ਨਾਲ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੀਆਂ ਨੇ। ਜਦੋਂ ਬੱਚਾ ਮਾਤਾ ਦੇ ਗਰਭ 'ਚ ਹੁੰਦਾ ਸੁਖਮਣਾ ਨਾੜੀ 'ਚ ਉਹਦੀ ਸੁਰਤੀ ਪ੍ਰਵੇਸ਼ ਕਰੀ ਹੁੰਦੀ ਹੈ, ਸੁਖਮਣਾ ਨਾੜੀ 'ਚ ਸੁਰਤੀ ਪ੍ਰਵੇਸ਼ ਕਰਨ ਕਰਕੇ ਪੂਰਵਲੇ ਜਨਮਾਂ ਦਾ ਗਿਆਨ ਹੁੰਦਾ ਤੇ ਸਿਮਰਨ ਚੱਲਦਾ ਰਹਿੰਦਾ। ਉਸ ਸਿਮਰਨ ਦੀ ਸ਼ਕਤੀ ਦੇ ਆਸਰੇ, ਧਿਆਨ ਸ਼ਕਤੀ ਦੇ ਆਸਰੇ ਉੱਥੇ ਬਚਦਾ। ਨਹੀਂ ਤਾਂ ਮਾਤਾ ਦੇ ਗਰਭ ਦੀ ਅੱਗ ਇੰਨੀ ਜ਼ਬਰਦਸਤ ਹੈ, ਜੇ ਮਾਤਾ ਰੋੜ ਵੀ ਖਾ ਲਵੇ ਉਹ ਵੀ ਸਾੜ ਕੇ ਸਵਾਹ ਹੋ ਜਾਂਦਾ। ਉੱਥੇ ਤਾਂ ਇਹ ਕੋਮਲ ਫੁੱਲ ਵਰਗਾ ਸਰੀਰ ਉੱਥੇ ਕਿਵੇਂ ਰਹਿੰਦਾ। ਮਾਤਾ ਕੇ ਉਧਰ ਮਹਿ ਪ੍ਰਿਤ ਪਾਲ ਕਰੈ, ਸੋ ਕਿਉਂ ਮਨੋ ਵਸਾਰੀ ਹੈ, ਮਨੋ ਕਿਉਂ ਵਸਾਰੀ ਹੈ, ਵਰਦਾਤਾ ਜੇ ਆਗਣ ਮੈਂ ਆਹਾਰ ਪਹੁੰਚਾਵੇ। ਇਹ ਵਾਹਿਗੁਰੂ ਇਹ ਪਾਲਣਾ ਪੋਸ਼ਣਾ ਕਰਦਾ। ਸੋ ਇਸ ਕਰਕੇ ਜਿਵੇਂ ਦੇਵੀ ਦਾਸ ਸੀ, ਰਾਜੇ ਭੀਮ ਚੰਦ ਦਾ ਵਜ਼ੀਰ ਸੀ, ਉਹ ਗੁਰੂ ਸਾਹਿਬ ਦੇ ਚਰਨਾਂ ਦਾ ਧਿਆਨ ਧਰਦਾ ਹੁੰਦਾ, ਉਹਨੇ ਗੁਰੂ ਕੇ ਚਰਨ ਹਿਰਦੇ 'ਚ ਵਸਾਏ ਸੀ, ਉਹਦੀਆਂ ਅੱਖਾਂ ਤੱਕ ਭੰਨ ਦਿੱਤੀਆਂ ਸੀ, ਅੱਖਾਂ ਵਿੱਚ ਵੀ ਸੀਖਾਂ ਤੱਕ ਨੰਘਾ ਦਿੱਤੀਆਂ ਸੀ, ਪਰ ਉਹਨੂੰ ਕੋਈ ਰਾਂਚਕ ਮਾਤਰ ਵੀ ਫਰਕ ਨਹੀਂ ਸੀ ਪਿਆ। ਐਸੀ ਉਸ ਗੁਰਸਿੱਖ ਦੀ ਅਵਸਥਾ ਸੀ। ਚਰਨ ਕਮਲ ਰਿਧ ਮਹਿ ਔਰ ਧਾਰੋ, ਗੁਰੂ ਕੇ ਨਾਮ ਰੂਪੀ ਚਰਨਾਂ ਨੂੰ ਹਿਰਦੇ 'ਚ ਵਸਾਉਣਾ ਕਰ, ਹੋਰ ਯਤਨ ਛੱਡ ਦੇ। ਆ ਪਖੰਡੀ ਪੀਰਾਂ ਦਾ ਜਾਂ ਹੋਰ ਦੇਵੀ ਦੇਵਤਿਆਂ ਦਾ ਧਿਆਨ ਛੱਡ ਦੇ, ਕੇਵਲ ਤੇ ਕੇਵਲ ਨਾਮ ਰੂਪੀ ਗੁਰੂ ਕੇ ਜਿਹੜੇ ਚਰਨ ਨੇ ਹਿਰਦੇ 'ਚ, ਰਿਧ ਮਹਿ ਔਰ ਧਾਰੋ, ਇਹਨਾਂ ਨੂੰ ਧਾਰਨ ਕਰਨਾ ਕਰ। ਕਰਨ ਕਾਰਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਹੁ ਨਾਮ ਹਰ ਬਥ। ਕਰਨ ਕਾਰਨ, ਕਰਨ ਤੇ ਕਾਰਨ ਵਾਲਾ, ਕਾਰਨ ਕਰਨ ਕਾਰਨ ਵਾਲਾ, ਕਰਨ ਕਰਾਉਣ ਵਾਲਾ ਵਾਹਿਗੁਰੂ ਸਮਰੱਥ ਹੈ, ਬੇਅੰਤ ਹੈ, ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਇਸ ਕਰਕੇ ਦ੍ਰਿੜ ਕਰ ਗਹੁ, ਗਹੁ ਤੋਂ ਭਾਵ ਪਕੜ ਲੈਣਾ ਜਾਂ ਵਸਾ ਲੈਣਾ। ਦ੍ਰਿੜ ਕਰ ਗਹੁ, ਦ੍ਰਿੜਤਾ ਦੇ ਨਾਲ ਨਾਮ ਹਰ ਬਥ, ਬਥ ਨਾਮ ਵਸਤੂ ਦਾ ਹੈ, ਨਾਮ ਰੂਪੀ ਵਸਤੂ ਨੂੰ ਹਿਰਦੇ 'ਚ ਵਸਾਉਣਾ ਕਰ ਦ੍ਰਿੜਤਾ ਦੇ ਨਾਲ। ਵਿਸ਼ਵਾਸ ਹੋਵੇ ਤੇਰੇ ਮਨ 'ਚ ਕਿ ਨਾਮ ਜੀਵ ਦੇ ਬੰਧਨ ਕੱਟਦਾ, ਨਾਮ ਪਵਿੱਤਰ ਕਰਦਾ। ਵਿਸ਼ਵਾਸ ਹੋਵੇ, ਜੇ ਵਿਸ਼ਵਾਸ ਨਹੀਂ, ਗੁਰੂ ਸਾਹਿਬ ਕਹਿੰਦੇ ਸਤਿਗੁਰ ਕੀ ਪ੍ਰਤੀਤ ਨਾ ਆਈਆਂ, ਸ਼ਬਦ ਨਾ ਲੱਗੈ ਭਾਓ, ਅੰਦਰ ਤੇਰੇ ਪ੍ਰਤੀਤ ਨਹੀਂ ਸ਼ਬਦ ਦੇ ਪ੍ਰਤੀ, ਤੇਰਾ ਸ਼ਬਦ ਨਾਲ ਪਿਆਰ ਨਹੀਂ, ਸਤਿਗੁਰ ਕੀ ਪ੍ਰਤੀਤ ਨਾ ਆਈਆਂ, ਸ਼ਬਦ ਨਾ ਲੱਗੈ ਭਾਓ, ਉਸ ਨੂੰ ਸੁੱਖ ਨਾ ਉਪਜੀ ਭਾਵੈ, ਸੌ ਗੇੜਾ ਹੋ ਜਾਓ, ਸੌ ਵਾਰੀ ਮੱਥਾ ਟੇਕ ਲਈ ਭਾਵੇਂ ਆ ਕੇ। ਜੇ ਅੰਦਰ ਵਿਸ਼ਵਾਸ ਨਹੀਂ ਨਾ ਕਿ ਇਹ ਜਾਗਦੀ ਜੋਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ, ਇਹਨੂੰ ਫਲ ਨਹੀਂ ਪ੍ਰਾਪਤ ਹੋਣਾ, ਟੇਕੀ ਚੱਲ ਉੱਤੋਂ ਉੱਤੋਂ ਮੱਥਾ, ਗੁਰੂ ਤਾਂ ਸਭ ਜਾਣਦਾ ਨਾ। ਦ੍ਰਿੜ ਕਰ ਗਹੁ ਨਾਮ ਹਰ ਬਥ, ਨਾਮ ਰੂਪੀ ਵਸਤੂ ਨੂੰ ਦ੍ਰਿੜਤਾ ਦੇ ਨਾਲ ਹਿਰਦੇ 'ਚ ਵਸਾਉਣਾ ਕਰ।
ਇਹੋ ਤਾਣ ਹੋ ਸੰਚ ਹੋ ਭਗਵੰਤ ਸੰਤ ਜਣਾ ਕਾ ਨਿਰਮਲ ਮੰਤ। ਸੰਚੋ ਤੋਂ ਭਾਵ ਹੁੰਦਾ ਜੋੜਨਾ। ਜਿਹੜਾ ਭਾਈ ਇਸ ਨਾਮ ਰੂਪੀ ਧਨ ਨੂੰ ਜੋੜ ਲੈਂਦਾ ਉਹ ਭਗਵੰਤ ਤੋਂ ਭਾਵ ਭਾਗਾਂ ਵਾਲਾ ਹੈ। ਹੇ ਜੀਵ, ਇਸ ਨਾਮ ਰੂਪੀ ਧਨ ਨੂੰ ਜੋੜ ਲੈ। ਆਪਾਂ ਤਾਂ ਪਾਪ ਇਕੱਠੇ ਕਰੀ ਜਾਂਦੇ ਹਾਂ ਬਹੁਤ, ਪ੍ਰਪੰਚ ਕਰ ਪਰ ਧਨ ਲਿਆਵੈ ਸੁੱਤ ਦਾਰਾ ਭਿਆਨ ਲਟਾਵੈ ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤਨ ਵੇਰਾ ਤੇਰੇ ਜੀ ਪਹਿਲੀ ਚ। ਨਾਮ ਰੂਪੀ ਧਨ ਨੂੰ ਇਕੱਠਾ ਕਰ ਲੈ ਤੇ ਭਾਗਾਂ ਵਾਲਾ ਬਣ। ਸੰਤ ਜਨਾ ਕਾ ਨਿਰਮਲ ਮੰਤ, ਮੰਤ ਤੋਂ ਭਾਵ ਹੁੰਦਾ ਹੈ ਉਪਦੇਸ਼। ਸੰਤ ਸਿਮਰਨ ਨਿਮਰਤਾ ਤੇ ਤਿਆਗ ਜਿਹਦੇ ਚ ਹੋਵੇ ਨਾ ਉਹ ਸੰਤ ਹੁੰਦਾ ਹੈ। ਸੰਤ ਜਨਾ ਕਾ ਨਿਰਮਲ ਮੰਤ, ਇੱਥੇ ਗੁਰੂ ਰੂਪ ਸੰਤ ਦੀ ਗੱਲ ਹੈ। ਗੁਰੂ ਰੂਪ ਜਿਹੜਾ ਸੰਤ ਹੈ ਉਹਦਾ ਨਿਰਮਲ ਮੰਤ, ਨਿਰਮਲ ਮੈਲ ਤੋਂ ਰਹਿਤ ਉਪਦੇਸ਼ ਹੈ ਕਿ ਇਹ ਧਨ ਸੰਚੋ ਹੋਵੋ ਭਗਵੰਤ, ਸੇਵਾ ਸਿਮਰਨ ਰੂਪੀ ਧਨ ਨੂੰ ਇਕੱਠਾ ਕਰਕੇ ਭਾਗਾਂ ਵਾਲਾ ਬਣ। ਇਹ ਗੁਰੂ ਰੂਪ ਸੰਤ ਜੀ ਉਪਦੇਸ਼ ਤੈਨੂੰ ਨਿਰਮਲ ਉਪਦੇਸ਼ ਦੇ ਰਹੇ ਹਨ ਕਿ ਨਾਮ ਰੂਪੀ ਧਨ ਨੂੰ ਇਕੱਠਾ ਕਰ ਲੈ। ਏਕ ਆਸ ਰੱਖ ਹੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ। ਇੱਕ ਆਸ ਰੱਖੋ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੇ, ਏਕ ਆਸ ਰੱਖੋ ਮਨ ਮਾਹੇ, ਮਨ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਤੇ ਆਸ ਰੱਖੋ, ਏਕ ਰੱਖੋ, ਸਰਬ ਰੋਗ ਨਾਨਕ ਮਿਟ ਜਾਹੇ। ਸਾਰੇ ਰੋਗ, ਜੰਮਣ ਮਰਨ ਦਾ ਦੁੱਖ ਵੀ ਸਾਡੇ ਗਲ ਪਿਆ, ਹੋਰ ਤਨ ਦੇ ਮਨ ਦੇ ਰੋਗ, ਜਦੋਂ ਆਪਾਂ ਇੱਕ ਵਾਹਿਗੁਰੂ ਤੇ ਆਸ ਰੱਖ ਲਵਾਂਗੇ ਤਨ ਦੇ ਮਨ ਦੇ ਸਾਰੇ ਰੋਗ ਮਿਟ ਜਾਣਗੇ। ਇਸ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੇ ਹੀ ਇੱਕ ਉਹਦਾ ਓਟ ਆਸਰਾ ਤੱਕਣਾ ਕਰੀਏ। ਜਿਸ ਧਨ ਕਉ ਚਾਰ ਕੁੰਟ ਉੱਠ ਧਾਵ ਹੈ ਸੋ ਧਨ ਹਰ ਸੇਵਾ ਤੇ ਪਾਵ ਹੈ। ਹੇ ਮਨੁੱਖ, ਦਸਾਂ ਨੋਹਾਂ ਦੀ ਕਿਰਤ ਕਮਾਈ ਨਹੀਂ ਮਾੜੀ, ਪਰੰਤੂ ਜੇ ਕੋਈ ਠੱਗੀਆਂ ਮਾਰ ਕੇ ਕਹੇ ਮੈਂ ਅਮੀਰ ਹੋ ਜਾਵਾਂ ਦੂਜਿਆਂ ਦਾ ਗਲ ਘੁੱਟ ਕੇ। ਹੇ ਮਨੁੱਖ, ਜਿਸ ਧਨ ਦੀ ਪ੍ਰਾਪਤੀ ਵਾਸਤੇ ਚਾਰੇ ਕੁੰਟਾਂ 'ਚ ਤੂੰ ਦੌੜਦਾ ਤੁਰਿਆ ਫਿਰਦਾ, ਇੱਥੋਂ ਵੀ ਮੈਨੂੰ ਪ੍ਰਾਪਤ ਹੋ ਜਾਵੇ, ਆਹ ਵੀ ਪ੍ਰਾਪਤ ਹੋ ਜਾਵੇ, ਕੋਈ ਸਬਰ ਸੰਤੋਖ ਨਹੀਂ। ਜੇ ਤੂੰ ਸੋ ਧਨ ਹਰ ਸੇਵਾ ਤੇ ਪਾਵ ਹੈ, ਹਰੀ ਪਰਮੇਸ਼ਰ ਦਾ ਸਿਮਰਨ ਕਰੇਗਾ, ਨਾਮ ਜਪੇਗਾ, ਸੇਵਾ ਕਰੇਗਾ ਹੱਥਾਂ ਦੇ ਨਾਲ, ਜਿਸ ਧਨ ਦੀ ਪ੍ਰਾਪਤੀ ਵਾਸਤੇ ਕਈ ਤਰ੍ਹਾਂ ਦੇ ਯਤਨ ਕਰਦਾ, ਠੱਗੀਆਂ ਮਾਰਦਾ, ਉਹ ਧਨ ਸੇਵਾ ਸਿਮਰਨ ਕਰਨ ਦੇ ਨਾਲ ਅੱਗੇ ਪਿੱਛੇ ਲੱਗੀ ਫਿਰੂਗੀ ਮਾਇਆ, ਉਹ ਤੈਨੂੰ ਸੌਖਾ ਪ੍ਰਾਪਤ ਹੋ ਜਾਵੇਗਾ, ਤੇਰੇ ਅੰਦਰ ਸਬਰ ਸੰਤੋਖ ਵੀ ਆ ਜਾਵੇਗਾ। ਨਾਮ ਤੋਂ ਬਿਨਾਂ ਕਿੱਥੇ ਸਬਰ ਸੰਤੋਖ ਹੈ। ਜਿਹੜਾ ਲੋਭੀ ਮਨੁੱਖ ਹੈ ਹਲਕੇ ਕੁੱਤੇ ਦੀ ਨਿਆਈ ਹੁੰਦਾ ਹੈ ਸਤਸੰਗਤ ਜੀ। ਲੋਭੀ ਕਾ ਵਿਸੋਹ ਨਾ ਕੀਜਾ ਜੇ ਕਾ ਪਾਰ ਵਸਾਏ, ਅੰਤ ਕਾਲ ਤਿੱਥੇ ਤੂੰ ਹੈ ਜਿੱਥੇ ਹੱਥ ਨਾ ਪਾਏ। ਅੰਤ ਵੇਲੇ ਲੋਭੀ ਮਨੁੱਖ ਉੱਥੇ ਧੋਖਾ ਦਿੰਦਾ ਜਿੱਥੇ ਕੋਈ ਹੋਰ ਚਾਰਾ ਨਹੀਂ ਚੱਲਦਾ। ਆ ਗੰਗੂ ਸੀ ਜਿਹੜਾ ਅੰਤ ਵੇਲੇ ਜਦੋਂ ਔਖਾ ਸਮਾਂ ਆਇਆ ਉੱਥੇ ਜਾ ਕੇ ਧੋਖਾ ਦੇ ਗਿਆ। ਹੁਣ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਜਿੱਥੇ ਕੋਈ ਹੋਰ ਚਾਰਾ ਨਹੀਂ ਸੀ ਚੱਲਦਾ, ਮਾਇਆ ਦੇ ਲਾਲਚ ਵਿੱਚ ਆ ਕੇ ਚੁਗਲੀ ਕਰਕੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਨੂੰ ਗ੍ਰਿਫਤਾਰ ਕਰਵਾ ਦਿੱਤਾ। ਬਾਅਦ ਵਿੱਚ ਉਹ ਧਨ ਉਹਨੂੰ ਵੀ ਨਹੀਂ ਪ੍ਰਾਪਤ ਹੋਇਆ। ਇਸ ਕਰਕੇ ਜਿਸ ਧਨ ਨੂੰ ਪ੍ਰਾਪਤ ਕਰਨ ਵਾਸਤੇ ਚਾਰੇ ਕੁੰਟਾਂ 'ਚ ਦੌੜਦਾ ਫਿਰਦਾ,
ਇਹ ਲੇਖਾ ਤੈਨੂੰ ਇਹ ਦੇਣਾ ਪੈਣਾ। ਜੇ ਤੂੰ ਸੇਵਾ ਸਿਮਰਨ ਕਰੇਗਾ ਤੈਨੂੰ ਸੰਤੁਸ਼ਟੀ ਵੀ ਆਵੇਗੀ ਤੇ ਉਹ ਧਨ ਵੀ ਤੈਨੂੰ ਦੇਵੇਗਾ ਸੁੱਖ ਹੀ। ਮਾਇਆ ਚਰ ਦਾਸੀ ਭਗਤਾਂ ਕੀ ਕਾਰ ਕਮਾਵੇ, ਐਸੀ ਅਵਸਥਾ ਪ੍ਰਾਪਤ ਹੋ ਜਾਵੇਗੀ। ਉਹ ਧਨ ਨਾਮ ਰੂਪੀ ਧਨ ਇਕੱਠਾ ਕਰ, ਜਿਸ ਧਨ ਨੂੰ ਤੂੰ ਜੋੜਨ ਵਾਸਤੇ ਚਾਰੇ ਕੁੰਟਾਂ ਚ ਭੱਜਿਆ ਫਿਰਦਾ, ਠੱਗੀਆਂ ਮਾਰਦਾ, ਇਹਨੇ ਨਾਲ ਨਹੀਂ ਜਾਣਾ। ਸੋ ਧਨ ਹਰ ਸੇਵਾ ਤੇ ਪਾਵੈ, ਉਹ ਧਨ ਜੇ ਤੂੰ ਸੇਵਾ ਕਰੇਗਾ ਗੁਰੂ ਘਰ ਦੀ ਸੁੱਖ ਹੀ ਤੈਨੂੰ ਪ੍ਰਾਪਤ ਹੋ ਜਾਵੇਗਾ। ਜਿਸ ਸੁਖ ਕਉ ਨਿਤ ਬਾਂਛ ਹੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ। ਜਿਸ ਸੁਖ ਨੂੰ ਹੇ ਮਿੱਤਰ ਤੂੰ ਚਾਹੁੰਦਾ ਹੈ, ਇੱਥੋਂ ਵੀ ਸੁੱਖ ਮਿਲੇ, ਇੱਥੋਂ ਵੀ ਸੁੱਖ ਮਿਲੇ, ਪਰ ਉਹਦਾ ਨਤੀਜਾ ਦੁੱਖ ਰੂਪ ਨਿਕਲਦਾ ਹੈ। ਸੁੱਖ ਨਾਹੀਂ ਬਹੁਤੇ ਧਨ ਖਾਟੇ, ਸੁੱਖ ਨਾਹੀਂ ਪੇਖੈ ਨਿਰਤ ਨਾਟੇ, ਸੁੱਖ ਨਾਹੀਂ ਬਹੁ ਦੇਸ਼ ਕਮਾਏ, ਸਰਬ ਸੁੱਖਾਂ ਹਰ ਹਰ ਗੁਣ ਗਾਏ। ਜੇ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇਹੋ, ਜੇ ਸਦੀਵ ਸੁੱਖ ਚਾਹੁਣਾ ਹੈ ਰਾਮ ਤੋਂ ਭਾਵ ਰਮਿਆ ਹੋਇਆ ਜਿਹੜਾ ਪਰਮੇਸ਼ਰ ਹੈ ਉਹਦੀ ਸ਼ਰਨ ਚ ਆ ਜਾ। ਨਾਮ ਜਪੇ ਬਿਨਾਂ ਸੇਵਾ ਕਰੇ ਬਿਨਾਂ ਸੁੱਖ ਪ੍ਰਾਪਤ ਹੁੰਦਾ ਹੀ ਨਹੀਂ। ਆਪਾਂ ਚਾਹੁੰਦੇ ਹਾਂ ਇੱਥੋਂ ਵੀ ਸੁੱਖ ਮਿਲੇ, ਇੱਥੋਂ ਵੀ ਮਿਲੇ, ਪਰ ਨਤੀਜਾ ਦੁੱਖ ਨਿਕਲਦਾ ਹੈ ਕਿਉਂਕਿ ਗੁਰੂ ਨੂੰ ਅਜੇ ਸਰੈਂਡਰ ਨਹੀਂ ਕੀਤਾ ਅਸੀਂ। ਸੋ ਹੇ ਮਿੱਤਰ, ਜਿਸ ਸੁੱਖ ਦੀ ਪ੍ਰਾਪਤੀ ਵਾਸਤੇ ਤੂੰ ਜਗ੍ਹਾ ਜਗ੍ਹਾ ਦੌੜਿਆ ਫਿਰਦਾ ਹੈ, ਸੋ ਸੁੱਖ ਸਾਧੂ ਸੰਗ ਪ੍ਰੀਤ, ਉਹ ਸੁੱਖ ਹੈ ਜਿਹੜਾ ਤੈਨੂੰ ਸਾਧ ਸੰਗਤ ਵਿੱਚੋਂ ਪ੍ਰਾਪਤ ਹੋਵੇਗਾ। ਹੁਣ ਆਪਾਂ ਨੂੰ ਇੱਕ ਆਨੰਦ ਬਣਿਆ, ਸਾਰੇ ਆਪਾਂ ਸਾਧ ਸੰਗਤ ਕਰ ਰਹੇ ਹਾਂ, ਭਲੇ ਪੁਰਸ਼ਾਂ ਦੀ ਸੰਗਤ, ਸਤ ਸੰਗਤ, ਗੁਰੂ ਕੀ ਸੰਗਤ ਵਿੱਚੋਂ ਤੈਨੂੰ ਪ੍ਰਾਪਤ ਹੋਵੇਗਾ ਹੋਰ ਸੁੱਖ। ਉਹ ਸੁੱਖ ਤੈਨੂੰ ਕਿਤੇ ਵੀ ਨਹੀਂ ਮਿਲੇਗਾ, ਆਤਮਕ ਸੁੱਖ ਜਿਹੜਾ। ਜੇ ਆਤਮਕ ਸੁੱਖ ਮਿਲੇਗਾ ਉਸ ਮਨੁੱਖ ਨੂੰ ਪ੍ਰਾਪਤ ਹੁੰਦਾ ਜਿਹੜਾ ਸਾਧੂ ਸੰਗ ਦੇ ਨਾਲ ਪ੍ਰੀਤ ਕਰਦਾ ਹੈ, ਸਤ ਸੰਗਤ ਦੇ ਨਾਲ ਪ੍ਰੀਤ ਕਰਦਾ ਹੈ, ਉਹਨੂੰ ਭਾਈ ਆਤਮਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਜਿਸ ਸੋਭਾ ਕਉ ਕਰੇ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਣੀ। ਜਿਸ ਵਡਿਆਈ ਨੂੰ ਪ੍ਰਾਪਤ ਕਰਨ ਵਾਸਤੇ ਤੂੰ ਬੜੇ ਯਤਨ ਕਰਦਾ, ਮੈਨੂੰ ਇੱਥੋਂ ਵੀ ਵਡਿਆਈ ਮਿਲੇ। ਕਈ ਦਾਨ ਵੀ ਕਰ ਦਿੰਦੇ ਨੇ ਤੇ ਬੋਰਡ ਵੀ ਲਵਾ ਦਿੰਦੇ ਆ, ਮੈਂ ਇੰਨਾ ਦਾਨ ਕੀਤਾ ਕਿ ਮੇਰੀ ਵਡਿਆਈ ਹੋਵੇ। ਉਹ ਵਡਿਆਈ ਭਾਈ ਜਿਸ ਸੋਭਾ ਕੋ ਕਰੇ ਭਲੀ ਕਰਨੀ, ਕਈ ਤਰ੍ਹਾਂ ਦੇ ਭਲੇ ਯਤਨ ਕਰਦਾ ਹੈ ਵਡਿਆਈ ਪ੍ਰਾਪਤ ਕਰਨ ਵਾਸਤੇ। ਸਾ ਸੋਭਾ ਭਜ ਹਰ ਕੀ ਸ਼ਰਨੀ, ਉਹ ਸੋਭਾ ਭਜ ਹਰ ਕੀ ਸ਼ਰਨੀ, ਭਜ ਤੋਂ ਭਾਵ ਚੇਤੇ ਕਰਨਾ, ਹਰੀ ਪਰਮੇਸ਼ਰ ਦੇ ਨਾਮ ਨੂੰ ਚੇਤੇ ਕਰਕੇ ਹਰੀ ਦੀ ਸ਼ਰਨ ਪਿਆ ਤੈਨੂੰ ਵਡਿਆਈ ਮਿਲ ਜੂਗੀ। ਨਾਮ ਚ ਐਡੀ ਤਾਕਤ ਹੈ, ਜਿਸ ਨੀਚ ਕੋ ਕੋਈ ਨਾ ਜਾਣੈ, ਜਿਹਨੂੰ ਕੋਈ ਨਹੀਂ ਜਾਣਦਾ, ਨਾਮ ਜਪ ਤੋਂ ਚੌਂ ਕੁੰਟ ਮਾਨੈ, ਜੇ ਨਾਮ ਜਪ ਲਵੇਗਾ ਚਾਰੇ ਕੁੰਟਾਂ ਚ ਉਹਦੀ ਚੜ੍ਹਦੀ ਕਲਾ ਹੋ ਜਾਵੇਗੀ। ਭਗਤ ਰਵਿਦਾਸ ਮਹਾਰਾਜ, ਭਗਤ ਨਾਮਦੇਵ ਜੀ, ਭਗਤ ਧੰਨਾ ਜੀ, ਜਿਨ੍ਹਾਂ ਦੀ ਬਾਣੀ ਦਰਜ ਹੈ, ਉਦੋਂ ਕਿਹੜੇ ਚੈਨਲ ਹੁੰਦੇ ਸੀ? ਉਦੋਂ ਤਾਂ ਕੋਈ ਚੈਨਲ ਨਹੀਂ ਸੀ ਚੱਲਦੇ, ਨਾ ਟੀਵੀ ਦਾ ਜ਼ਮਾਨਾ, ਨਾ ਫੇਸਬੁੱਕ ਦਾ, ਪਰੰਤੂ ਇਹਨਾਂ ਨੇ ਅਮਰ ਪਦਵੀ ਪ੍ਰਾਪਤ ਕਰੀ। ਇਹਨਾਂ ਨੂੰ ਉਹ ਸਮੇਂ ਦੇ ਜਾਤ ਅਭਿਮਾਨੀ ਨੀਚ ਕਹਿੰਦੇ ਸੀ, ਗੋਬਿੰਦ 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 ਸਿਓ ਨਾਮ ਦਿਓ ਮਨ ਲੀਨਾ, ਆੜ ਦਾਮ ਕੋ ਸ਼ਿੰਪਰੋ ਹੋਇਓ ਲਾਖੀਨਾ। ਜਾਤ ਅਭਿਮਾਨੀ ਜਿਹਨੂੰ ਅੱਧੀ ਦਮੜੀ ਦਾ ਸ਼ਿੰਬਾ ਕਹਿੰਦੇ ਸੀ ਨਾ, ਨਾਮ ਜਪ ਕੇ ਲੱਖਾਂ ਦੇ ਹੀ ਹੋ ਗਏ ਭਗਤ ਨਾਮਦੇਵ ਜੀ।
ਅੱਜ ਜਦੋਂ ਵੱਡੇ ਵੱਡੇ ਰਾਜੇ ਮਹਾਰਾਜੇ ਆਉਂਦੇ ਆ ਜਿੱਥੇ ਗੁਰੂਆਂ ਦੀ ਬਾਣੀ ਨੂੰ ਮੱਥਾ ਟੇਕਦਾ, ਗੁਰੂਆਂ ਨੂੰ ਨਤਮਸਤਕ ਹੁੰਦੇ ਨੇ, ਉੱਥੇ ਭਗਤਾਂ ਨੂੰ ਵੀ ਨਤਮਸਤਕ ਹੁੰਦੇ ਨੇ, ਭਗਤਾਂ ਦੀ ਬਾਣੀ ਵੀ ਤਾਂ ਦਰਜ ਹੈ। ਇਸ ਕਰਕੇ ਜਿਹੜੀ ਵਡਿਆਈ ਪ੍ਰਾਪਤ ਕਰਨ ਵਾਸਤੇ ਤੂੰ ਬੜੇ ਯਤਨ ਕਰਦਾ ਹੈ ਕਿ ਮੈਨੂੰ ਇੱਥੋਂ ਵੀ ਵਡਿਆਈ ਮਿਲ ਜੇ, ਇੱਥੋਂ ਵੀ ਵਡਿਆਈ ਮਿਲ ਜੇ, ਮੇਰੀ ਇੱਥੇ ਵੀ ਮਸ਼ਹੂਰੀ ਹੋ ਜੇ, ਉਹ ਭਾਈ ਜਦੋਂ ਤੂੰ ਭਜ ਹਰ ਕੀ ਸ਼ਰਨੀ ਹਰੀ ਪਰਮੇਸ਼ਰ ਦੀ ਸ਼ਰਨ ਚ ਪੈ ਕੇ ਨਾਮ ਨੂੰ ਜਪੇਗਾ, ਉਹ ਵਡਿਆਈ ਵੀ ਤੇਰੇ ਪਿੱਛੇ ਲੱਗੀ ਫਿਰੂਗੀ। ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪ ਤੋ ਚੌਂ ਕੁੰਟ ਮਾਨੈ, ਚਾਰੇ ਕੁੰਟਾਂ ਦੇ ਵਿੱਚ ਚੜ੍ਹਦੀ ਕਲਾ ਹੋ ਜਾਵੇਗੀ ਤੇਰੀ, ਜਦੋਂ ਗੁਰੂ ਕੀ ਸ਼ਰਨ ਵਿੱਚ ਆ ਕੇ ਨਾਮ ਨੂੰ ਸਿਮਰੇਗਾ। ਅਣਕ ਉਪਾਵੀ ਰੋਗ ਨਾ ਜਾਏ, ਰੋਗ ਮਿਟੈ ਹਰ ਅਵਖਦ ਲਾਏ। ਆਨਿਕ ਆਨਿਕ ਅਪਾਵੀ ਰੋਗ ਨਾ ਜਾਏ, ਅਨੇਕਾਂ ਪ੍ਰਕਾਰ ਦੇ ਅਪਾ ਕਰਨ ਦੇ ਨਾਲ ਜੰਮਣ ਮਰਨ ਦਾ ਰੋਗ ਨਹੀਂ ਜਾ ਸਕਦਾ, ਦੁੱਖ ਨਹੀਂ ਜਾ ਸਕਦਾ, ਆਤਮਕ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ, ਅੰਦਰੋਂ ਹਉਮੈ ਦਾ ਰੋਗ ਨਹੀਂ ਜਾ ਸਕਦਾ। ਰੋਗ ਮਿਟੈ ਹਰ ਅਵਖਦ ਲਾਏ, ਅਵਖਦ ਭਾਵ ਦਵਾਈ, ਨਾਮ ਰੂਪੀ ਦਵਾਈ ਨੂੰ ਲੈ ਕੇ ਹੰਕਾਰ ਰੂਪੀ ਰੋਗ, ਕਾਮ ਦਾ ਰੋਗ, ਕ੍ਰੋਧ ਦਾ, ਲੋਭੋ ਅਹੰਕਾਰ ਰੂਪੀ ਰੋਗ ਅੰਦਰੋਂ ਨਾਸ਼ ਹੋ ਜਾਂਦੇ ਨੇ। ਆਤਮਕ ਉਨਤੀ ਪ੍ਰਾਪਤ ਹੁੰਦੀ ਹੈ, ਆਤਮਕ ਸੁੱਖ ਪ੍ਰਾਪਤ ਹੋ ਜਾਂਦਾ ਹੈ। ਅਨੇਕ ਅਪਾਵੀ ਰੋਗ ਨਾ ਜਾਏ, ਹੋਰ ਜਿੰਨੇ ਮਰਜ਼ੀ ਯਤਨ ਕਰ ਲਈ ਸੁੱਖ ਨਹੀਂ ਮਿਲਣਾ। ਤੇਰਾ ਜੰਮਣ ਮਰਨ ਦਾ ਦੁੱਖ ਜਿਹੜਾ ਤੇਰੇ ਆਪਣੇ ਗਲ ਪਿਆ, ਇਹ ਕਿਤੇ ਵੀ ਨਹੀਂ ਹੋਰ ਯਤਨ ਸਾਧਨ ਕਰਨ ਦੇ ਨਾਲ ਜਾਣਾ। ਜੇ ਰੋਗ ਮਿਟੈ ਹਰ ਅਵਖਦ ਲਾਏ, ਜਦੋਂ ਨਾਮ ਰੂਪੀ ਦਵਾਈ ਨੂੰ ਲਵੇਗਾ, ਜੰਮਣ ਮਰਨ ਦਾ ਰੋਗ, ਜੰਮਣ ਮਰਨ ਦਾ ਦੁੱਖ ਉਦੋਂ ਗਲੋਂ ਲਹੂਗਾ ਜਦੋਂ ਗੁਰੂ ਵਾਲਾ ਬਣੇਗਾ, ਅੰਮ੍ਰਿਤ ਛਕੇਗਾ, ਨਾਮ ਦੀ ਕਮਾਈ ਕਰੇਗਾ, ਫੇਰ ਇਹ ਰੋਗ ਤੇਰੇ ਅੰਦਰੋਂ ਹਉਮੈ ਦਾ ਜਾਵੇਗਾ। ਤੇ ਹਉਮੈ ਦੇ ਨਾਲ ਵਾਹਿਗੁਰੂ ਦਾ ਬੈਰ ਹੈ, ਹਉਮੈ ਦੇ ਕਰਕੇ ਵਾਰ ਵਾਰ ਜੰਮਣਾ ਤੇ ਵਾਰ ਵਾਰ ਮਰਨਾ। ਜਿਸ ਦਿਨ ਅੰਦਰੋਂ ਹਉਮੈ ਦਾ ਨਾਸ਼ ਹੋ ਗਿਆ, ਮੁਕਤੀ ਪ੍ਰਾਪਤ ਹੋ ਜਾਵੇਗੀ। ਇਸ ਕਰਕੇ ਰੋਗ ਮਿਟੈ ਹਰ ਅਵਖਦ ਲਾਏ, ਜਦੋਂ ਗੁਰਮੰਤਰ ਦਾ ਜਾਪ ਕਰੇਗਾ, ਬਾਣੀ ਪੜੇਗਾ, ਤਾਂ ਭਾਈ ਇਹ ਰੋਗ ਜਿਹੜੇ ਨੇ ਤਨ ਤੇ ਮਨ ਦੇ ਦੂਰ ਹੋ ਜਾਣਗੇ, ਆਤਮਕ ਸੁੱਖ ਦੀ ਪ੍ਰਾਪਤੀ ਹੋ ਜਾਵੇਗੀ। ਹੋਰ ਜਿੰਨੇ ਮਰਜ਼ੀ ਯਤਨ ਕਰ ਲਈ, ਹੰਕਾਰ ਦਾ ਜਿਹੜਾ ਰੋਗ ਦੁੱਖ ਤੈਨੂੰ ਚਿੰਬੜਿਆ, ਵਿਸ਼ੇ ਵਿਕਾਰਾਂ ਦਾ, ਇਹਨੇ ਜਾਣਾ ਨਹੀਂ ਨਾਮ ਜਪੇ ਬਿਨਾ। ਸਰਬ ਨਿਧਾਨ ਮਹਿ ਹਰ ਨਾਮ ਨਿਧਾਨ, ਜਪ ਨਾਨਕ ਦਰਗ ਹੈ ਪਰਵਾਨ। ਸਰਬ ਨਿਧਾਨ ਦਾ ਅਰਥ ਹੁੰਦਾ ਖਜ਼ਾਨਾ, ਸਾਰੇ ਖਜ਼ਾਨਿਆਂ ਦੇ ਵਿੱਚੋਂ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ, ਨਾਮ ਰੂਪੀ ਜਿਹੜਾ ਧਨ ਹੈ, ਨਾਮ ਰੂਪੀ ਖਜ਼ਾਨਾ ਸ੍ਰੇਸ਼ਟ ਹੈ, ਬਾਕੀ ਕਿਸੇ ਖਜ਼ਾਨੇ ਨੇ ਨਾਲ ਨਹੀਂ ਜਾਣਾ, ਨਾਮ ਰੂਪੀ ਖਜ਼ਾਨਾ ਸ੍ਰੇਸ਼ਟ ਮੰਨਿਆ। ਹੀਰੇ ਜਵਾਹਰਾਤ, ਡਾਲਰ ਪੌਂਡ, ਦਿਨਾਰ ਰੁਪਈਏ, ਜਿੰਨੇ ਖਜ਼ਾਨੇ ਨੇ ਸਾਰਿਆਂ ਤੋਂ ਸ੍ਰੇਸ਼ਟ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ, ਵਾਹਿਗੁਰੂ ਪਰਮੇਸ਼ਰ ਦਾ ਨਾਮ ਰੂਪੀ ਧਨ, ਨਾਮ ਰੂਪੀ ਖਜ਼ਾਨਾ ਸ੍ਰੇਸ਼ਟ ਹੈ। ਇਹਨੂੰ ਜਪਣ ਦੇ ਨਾਲ ਦਰਗ ਹੈ ਦੇ ਵਿੱਚ ਪ੍ਰਵਾਨ ਹੁੰਦਾ ਹੈ ਮਨੁੱਖ, ਜਪ ਨਾਨਕ ਦਰਗ ਹੈ ਪ੍ਰਵਾਨ, ਉਹਦੀ ਦਰਗਾਹ ਚ ਪ੍ਰਵਾਨ ਹੁੰਦਾ। ਸ੍ਰੀ ਜਪਜੀ ਸਾਹਿਬ ਦੇ ਵਿੱਚ ਵੀ ਕਹਿੰਦੇ ਨੇ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚ ਹੈ ਪਾਵੈ ਦਰਗ ਹੈ ਮਾਨ, ਪੰਚ ਨਾਮ ਇੱਥੇ ਸ੍ਰੇਸ਼ਟ ਪੁਰਖ ਦਾ ਹੈ।
ਸ੍ਰੇਸ਼ਟ ਜਿਹੜਾ ਪੁਰਸ਼ ਹੈ ਨਾਮ ਜਪਣ ਵਾਲਾ ਉਹ ਦਰਗਾਹ ਚ ਪ੍ਰਵਾਨ ਹੁੰਦਾ, ਸ਼ੋਭਨੀਕ ਹੁੰਦਾ। ਇਸ ਕਰਕੇ ਸਾਰਿਆਂ ਖਜ਼ਾਨਿਆਂ ਦੇ ਵਿੱਚੋਂ ਸ੍ਰੇਸ਼ਟ ਖਜ਼ਾਨਾ, ਸ੍ਰੇਸ਼ਟ ਧੰਨ ਵਾਹਿਗੁਰੂ ਦਾ ਨਾਮ ਹੈ। ਇਹਨੂੰ ਜਪ ਕੇ ਦਰਗਾਹ ਦੇ ਵਿੱਚ ਪ੍ਰਵਾਨਤਾਈ ਨੂੰ ਪ੍ਰਾਪਤ ਕਰ ਲੈਂਦਾ ਜੀਵ, ਨਹੀਂ ਤਾਂ ਫਿਰ ਸਾਧ ਸੰਗਤ ਜੀ ਇੱਥੇ ਭਟਕਣਾ ਹੀ ਹੈ। ਪੀਸ ਆਫ ਮਾਇੰਡ, ਮਨ ਦੀ ਸ਼ਾਂਤੀ ਵਾਹਿਗੁਰੂ ਦੇ ਨਾਮ ਬਿਨਾਂ, ਸੇਵਾ ਬਿਨਾਂ, ਸਿਮਰਨ ਬਿਨਾਂ ਪ੍ਰਾਪਤ ਨਹੀਂ ਹੋ ਸਕਦੀ। ਸੋ ਇੱਥੇ ਦੋ ਪੌੜੀਆਂ ਦੀ ਸਮਾਪਤੀ ਹੈ। ਸਤਿਗੁਰੂ ਸਾਹਿਬ ਕਿਰਪਾ ਕਰਨ, ਆਪਾਂ ਅਰਦਾਸ ਕਰੀਏ, ਤੇਰੀ ਪਣੇ ਖਦਾਏ ਤੂੰ ਬਖਸ਼ੰਦਗੀ, ਸੇਖ ਫਰੀਦਾ ਖੈਰ ਦੀਜੇ ਬੰਦਗੀ। ਜੇ ਰਾਜਾ ਕਿਸੇ ਤੇ ਖੁਸ਼ ਹੋ ਜਾਵੇ, ਮੰਗਣ ਵਾਲਾ ਜਾ ਕੇ ਰਾਜੇ ਤੋਂ ਤੂੜੀ ਦੀ ਪੰਡ ਮੰਗ ਲਵੇ ਤਾਂ ਕੋਈ ਸਿਆਣਪ ਥੋੜਾ ਹੈ? ਆਪਾਂ ਤੂੜੀ ਦੀਆਂ ਪੰਡਾਂ ਮੰਗੀ ਜਾਂਦੇ ਹਾਂ ਇੱਥੇ ਆ ਕੇ। ਆਪਾਂ ਜੇ ਨਾਮ ਰੂਪੀ ਧਨ ਮੰਗਾਂਗੇ, ਸਾਰਾ ਸੰਸਾਰ ਦੇ ਪਦਾਰਥ, ਸਭ ਕੁਝ, ਮਾਣ ਵਡਿਆਈ, ਸਭ ਕੁਝ ਆਪੇ ਵਿੱਚ ਲੱਗ ਤੂਗਾ। ਅਰਦਾਸ ਕਰੀਏ, ਮਹਾਰਾਜ ਨਾਮ ਰੂਪੀ ਖਜ਼ਾਨਾ ਬਖਸ਼ ਦਿਓ। ਜਿਸ ਖਜ਼ਾਨੇ ਨੂੰ ਪ੍ਰਾਪਤ ਕਰਕੇ ਦਰਗਾਹ ਚ ਪ੍ਰਵਾਨਨੀਕ ਹੋਈਂਦਾ, ਸਤਿਗੁਰੂ ਕਿਰਪਾ ਕਰਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਨਾਂ ਸਾਰੇ ਸੱਜਣਾਂ ਨੂੰ, ਸਿੰਘ ਸਹਿਬਾਨਾਂ ਨੂੰ ਸਤਿਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨ, ਰਾਮ ਨਾਮ ਰੂਪੀ ਖਜ਼ਾਨਾ ਬਖਸ਼ਿਸ਼ ਕਰਨ ਸਾਨੂੰ ਸਾਰਿਆਂ ਨੂੰ। ਆਓ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ। ਸਰਬਨ ਦਾਨ ਮੈਂ ਹਰ ਨਾਮ ਨਦਾਨ, ਜਪ ਨਾਨਕ ਦਰਗਹਿ ਪਰਵਾਨ। ਸਰਬਨ ਦਾਨ ਮੈਂ ਹਰ ਨਾਮ ਨਦਾਨ, ਜਪ ਨਾਨਕ ਦਰਗਹਿ ਪਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।